ਪੋਰਨਕੇ ਅਨੀਤੇ ਤੇ ਪ੍ਰੋਫਿਟ ਡਬਲ ਹੋ ਜਾਣੀ ਆ ਤੇ ਤੂੰ ਬਹੁਤ ਅੱਛੇ ਰਹਿ ਜਾਣਾ ਕਦੇ ਮੈਨੂੰ ਲਾਲਚ ਆ ਗਿਆ 1 ਮਿਲੀਅਨ ਦੇ ਆ ਫਿਰ ਮੌਰਗੇਜ ਚੁੱਕ ਲਈ ਇੱਕ 2 ਮਿਲੀਅਨ ਦਾ ਘਰ ਲੈ ਕੇ ਉਹਦੇ ਤੇ 1 ਮਿਲੀਅਨ ਡਾਲਰ ਹੋਰ ਦੇ ਦਿੱਤਾ ਹੁਣ ਉਹਦੇ ਹਾਲਾਤ ਹੋਇਆ ਜਿੱਕੇ ਜਿਹੜਾ 2 ਮਿਲੀਅਨ ਦਾ ਘਰ ਹੈਗਾ ਉਹ ਹੁਣ 1.5 ਮਿਲੀਅਨ ਚ ਦੇ ਵਿਕਰੇਆ ਪਰ ਬੰਦੇ ਦੀ ਇਨਕਮ 50000 ਵੀ ਨਹੀਂ ਹੈ 47000 ਹੈ ਨਾ 47000 ਇਨਕਮ ਹੈ ਤੇ ਉਹ 10000 ਦੀ ਉਦੀ ਪੇਮੈਂਟ ਕਿਸ਼ਤ ਬਣ ਗਈ ਐ 120000 10 12 ਦੀ ਤੇ ਇਹ ਉਹਨੇ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਕਿਸਨੇ ਪਹਿਲਾਂ ਉਸਨੂੰ ਲਾਲਚੇ ਸੀ ਕੌਣ ਸਮਝਾਇਆ ਗਿਆ ਸੀ ਕਿ ਤੂੰ ਇੱਕ ਪ੍ਰਾਪਰਟੀ ਲੈ ਸਾਲ ਦੇ ਵਿੱਚ ਇਹਨੂੰ ਡਬਲ ਹੋ ਕੇ ਤੂੰ ਵਾਪੇ ਕਢ ਲੈ ਤੂੰ ਜ਼ਰਾ ਰਾਤੋਂ ਰਾਤ ਅਮੀਰ ਹੋ ਜਾਣਾ ਉਹਨੇ ਮੈਂ ਪੁੱਛਦਾ ਕਿ ਵੀਰ ਕਿ ਤੂੰ ਕਿੰਨੇ ਇਨਵੈਸਟਮੈਂਟ ਕਰ ਰਿਹਾ ਜੀ ਮੈਂ ਇਨਵੈਸਟਮੈਂਟ ਪ੍ਰਾਪਰਟੀ ਹੈ ਮੈਂ ਕਹਿੰਦਾ ਤਰ ਕੋ ਟੈਕਸ ਪਲੈਨਰ ਹੈਗਾ ਕਹਿੰਦਾ ਉਹ ਕੀ ਹੁੰਦਾ ਜੀ ਮੈਂ ਤਾਂ ਟੈਕਸ ਫਾਈਲ ਕਰ ਦਿੰਨਾ ਤੇ ਮੈਂ ਕਹਿੰਦਾ ਤੁਸੀਂ ਕਿੰਨਾ ਟੈਕਸ ਦੇ ਰਹੋ ਉਹ ਬਾਰជា ਗਵਰਨਮੈਂਟ ਅੱਧੇ ਪਹਿਲੇ ਲੈ ਜਾਂਦੀ ਐ ਮੈਂ ਫਟੇ ਗਵਰਨਮੈਂਟ ਦੇ ਪੈਸੇ ਲੈ ਕੇ ਤਾਂ ਜਾ ਰਹੀ ਐ ਕਿਉਂਕਿ ਤੁਹਾਨੂੰ ਪਤਾ ਨਹੀਂ ਆ ਹੁਣ ਇੱਕ ਛੋਟੀ ਜਿਹੀ ਗੱਲ ਐ ਕਿ ਮੈਨੂੰ ਫੋਨ ਆਇਆ ਬ੍ਰੈਂਟਨ ਤੋਂ ਕਿ ਜੀ ਮੈਂ ਘਰ 2.1 ਮਿਲੀਅਨ ਦਾ ਲਿਆ ਤੇ 2.5 ਡਾਕਰਲ ਮੈਂ ਡਾਊਨ ਦਿੱਤਾ ਹੋਇਆ ਤੇ ਮੇਰੇ ਵਾਸ ਹੋਈ ਪਈ ਐ ਤੇ ਮੈਂ ਕਲੋਜ਼ਿੰਗ ਨਹੀਂ ਕਰ ਸਕਦਾ ਤੇ ਤੁਸੀਂ ਮੇਰਾ 2.5 ਲੱਖ ਲੈ ਲਓ ਤੇ ਮੈਂ ਪ੍ਰੋਪਰਟੀ ਤੁਸੀਂ ਲੈ ਲਓ ਤੇ ਇਸ ਕੰਟੀਕਾ ਜਦੋਂ ਤੁਸੀਂ ਪ੍ਰੋਪਰਟੀ ਦੇਖਿਆ ਤਾਂ ਉਹਦੇ ਨਾਲ ਦੀ ਪ੍ਰੋਪਰਟੀ 1.65 ਦੀ ਵਿਕ ਚੁੱਕੀ ਐ ਉਸ ਤੋਂ ਵੀ 200 ਸਕਰ ਫੁੱਟ ਵੱਡਾ ਕਰ ਸੀ ਜੋ ਦੋਸੀ ਕਹਿ ਵੀ ਤੇਰੇ ਘਰ ਦੀ ਪ੍ਰੈਜ਼ੈਂਟ 1.6 ਤੋਂ ਵੱਧ ਨਹੀਂ ਆ ਸਕਦੀ। ਉਹ ਕਹਿੰਦਾ ਜੀ ਮੈਨੂੰ ਹੁਣ 4.5 ਲੱਖ ਡਾਲਰ ਨਾਲ ਪਲੇ ਉਹਦੇ ਜਾਂਚਣੇ ਪੈਗੇ। ਕਹਿੰਦਾ ਜੀ ਮੈਂ ਤਾਂ ਪੋਲਾ ਪਾਲਾ ਬੰਦਾ ਮੈਂ ਤਾਂ ਅਨਪੜ੍ਹ ਬੰਦਾ ਹੈਗਾ ਤੇ ਮੈਨੂੰ ਜਿਆਦਾ ਪਤਾ ਨਹੀਂ ਹੈਗਾ। ਮੈਂ ਤਾਂ ਬੜਾ ਮਿਹਨਤ ਵਾਲਾ ਇਨਸਾਨ ਹੈਗਾ ਖੂਬ ਪਸੀਨੇ ਕਰਕੇ ਇੱਕ ਇੱਕ ਪੈਸਾ ਜੋੜਿਆ। ਤੇ 5 ਲੱਖ ਡਾਲਰ ਮੇਰੇ ਨਾਲ ਕਾਟਾ ਪੈਣਾ ਨਾ ਕਹਿੰਦਾ ਜੀ ਮੈਨੂੰ ਪਤਾ ਨਹੀਂ ਮੈਨੂੰ ਹਾਰਟ ਅਟੈਕ ਹੋਏਗਾ ਜਾਂ ਕੀ ਹੋਏਗਾ। ਗੱਪਾਂ ਮਾਰਨ ਵਾਸਤੇ ਬੜਾ ਵੱਡਿਆ ਜੀ ਦੇਖੋ ਜੀ ਮੈਂ 5 ਲੱਖ ਦਾ ਕਾਂਡੋਂ ਲੈ ਕੇ 7 ਲੱਖ ਚ ਵੇਚ ਦਿੰਦਾ। ਬੱਲੇ ਬੱਲੇ ਬ ਬਾਈ ਤਰਫ ਦੇਵਿਸ਼ ਕੀ ਪਿਆ ਹੁਣ ਉਹ ਜਦੋਂ ਵੀ ਕਿਸ਼ਤ ਦਿੰਦੇ ਨੇ ਆਪਣੇ ਘਰ ਦੀ ਉਹਦੇ ਵਿੱਚ ਨੈਗੇਟਿਵ ਅਮੋਰਟਾਈਜੇਸ਼ਨ ਹੋ ਗਈ ਆ ਉਹ ਜਿਹੜਾ ਘਰ 25 ਸਾਲ ਚ ਪੀਆ ਫੋਣਾ ਸੀ ਉਹ ਹੁਣ 47 ਸਾਲਾਂ ਚ ਪੀਆ ਫੋਏਗਾ ਹੁਣ ਉਹ ਕਹਿੰਦਾ ਜੀ ਦੇਖੋ ਬੜੇ ਦੇਖਣ ਨੂੰ ਤਾਂ ਬੜਾ ਪੜਿਆ ਲਿਖਿਆ ਲੱਗਦਾ ਮੇਰੀ ਨੌਕਰੀ ਬੜੀ ਵਧੀਆ ਹੈਗੀ ਆ ਤੁਸੀਂ ਜੇ ਕਿ ਮੈਂ ਰਗਾ ਸਿਆਣਾ ਬੰਦਾ ਕੋਈ ਨਹੀਂ ਮੈਂ ਕਰ ਲਿਆ ਕਿ ਫਲਿੱਪੀ ਕਰ ਲਿਆ ਪਰ ਮੇਰਾ ਅਸਲੀ ਹਾਲ ਦੇਖੋ ਕੀ ਹਾਲ ਹੈ ਇੱਕ ਆਮ ਕੈਨੇਡੀਅਨ ਦੀ ਜ਼ਿੰਦਗੀ ਦੀ ਅਸੀਂ ਗੱਲ ਕਰੀ ਇੱਕ ਆਮ ਜਿਹੜਾ ਮਿਡਲ ਕਲਾਸ ਜਾਂ ਇੱਕ ਆਮ ਸੁਧਾਰਨ ਕੈਨੇਡੀਅਨ ਹੈ ਤਾਂ ਉਹਦੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਫੈਸਲਾ ਹੁੰਦਾ ਸਭ ਤੋਂ ਵੱਡਾ ਵੱਡੀ ਇਨਵੈਸਟਮੈਂਟ ਹੁੰਦੀ ਹੈ ਜਾਂ ਸਭ ਤੋਂ ਵੱਡਾ ਸਾਡਾ ਕਰਜ਼ਾ ਉਹ ਘਰਾਂ ਦੀ ਮਾਰਗੇਜ ਹੈ ਤੇ ਜਿੰਨਾ ਵੱਡਾ ਇਹ ਫੈਸਲਾ ਜਿੰਨਾ ਵੱਡਾ ਇਹ ਵੱਡੀ ਇਨਵੈਸਟਮੈਂਟ ਹੁੰਦੀ ਹੈ ਕਿਸੇ ਆਮ ਸੁਧਾਰਨ ਕੈਨੇਡੀਅਨ ਲਈ ਉੰਨੀ ਹੀ ਅਣਗਹਿਲੀ ਵੀ ਅਸੀਂ ਇਹਦੇ ਮਾਮਲੇ 'ਚ ਦੇਖਦੇ ਆ ਕਿਉਂਕਿ ਜਿੰਨਾਂ ਲੋਕਾਂ ਦੀ ਸਲਾਹ ਤੇ ਅਸੀਂ ਡਿਪੈਂਡ ਕਰਦੇ ਆ ਉਹਨਾਂ 'ਚ ਸਾਰੇ ਹੀ ਜੋ ਪ੍ਰੋਫੈਸ਼ਨਲ ਸਟੈਂਡਰਡਸ ਨੇ ਜਾਂ ਐਥਿਕਸ ਹੈ ਉਹਨੂੰ ਫਾਲੋ ਨਹੀਂ ਕਰਦੇ ਤੇ ਆਪਣੀ ਗਰੀਡ 'ਚ ਆਪਣੇ ਆਪਣੇ ਵੱਧ ਤੋਂ ਵੱਧ ਡੀਲਸ ਕਰਨ ਦੇ ਚੱਕਰ 'ਚ ਵੱਧ ਤੋਂ ਵੱਧ ਗਾਹਕ ਬਣਾਉਣ ਦੇ ਚੱਕਰ 'ਚ ਉਹ ਜਿਸ ਕਿਸਮ ਦੀ ਨੀਮ ਹਕੀਮੀ ਨੀਮ ਹਕੀਮੀ ਵਾਲੀ ਅਪਰੋਚ ਲੈ ਕੇ ਚੱਲਦੇ ਨੇ ਉਦਾ ਨੁਕਸਾਨ ਹੁੰਦਾ ਤੇ ਅਸੀਂ ਹੁਣ ਵੀ ਦੇਖ ਰਹੇ ਹਾਂ ਜੋ ਇਸ ਵੇਲੇ ਨੁਕਸਾਨ ਹੋ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਦੋਸਤ ਫਸੇ ਹੋਏ ਨੇ ਬੜੇ ਮੁਸ਼ਕਲ ਸਿਚੁਏਸ਼ਨ ਚ ਫਸੇ ਹੋਏ ਨੇ ਤੇ ਬੜੀ ਉਹਨਾਂ ਨਾਲ ਹਮਦਰਦੀ ਵੀ ਹੁੰਦੀ ਹੈ ਤੇ ਪਰ ਉਹਨਾਂ ਨੂੰ ਇਸ ਸਿਚੁਏਸ਼ਨ ਚੋਂ ਕੱਢਣ ਦਾ ਰਾਹ ਵੀ ਸ਼ਾਇਦ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਜੇ ਕੋਈ ਚਾਹੇ ਵੀ ਉਹਨਾਂ ਦੀ ਹੈਲਪ ਕਰਨਾ ਤਾਂ ਉਹਦੇ ਸਾਹਮਣੇ ਵੀ ਕੋਈ ਰਸਤਾ ਨਹੀਂ ਹੈ ਸੋ ਬੈਸਟ ਜਿਹੜਾ ਲੈਸਨ ਇਸ ਸਾਰੇ ਕਾਸੇ ਤੋਂ ਮਿਲ ਰਿਹਾ ਉਹ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ ਇੰਪੋਰਟੈਂਟ ਫੈਸਲੇ ਨੇ ਇਹ ਨੀਮ ਹਕੀਮਾਂ ਦੀ ਸਲਾਹ ਨਾਲ ਨਾ ਲਏ ਜਾਣ ਔਰ ਇਹਦੇ ਚ ਜਿਹੜੇ ਪੁਰਾਣੇ ਤਜਰਬੇਕਾਰ ਲੋਕ ਨੇ ਉਹਨਾਂ ਦੀਆਂ ਸਲਾਹਾਂ ਨੂੰ ਮੰਨਦੇ ਹੋਏ ਅਸੀਂ ਪੂਰੀ ਸਟੱਡੀ ਕਰੀਏ ਕਿਉਂਕਿ ਇੱਕ ਗਲਤੀ ਤੁਹਾਡੀ ਪੂਰੀ ਜ਼ਿੰਦਗੀ ਨੂੰ ਖਰਾਬ ਕਰ ਸਕਦੀ ਹੈ ਪੂਰੀ ਜ਼ਿੰਦਗੀ ਦਾ ਮਜ਼ਾ ਤੁਹਾਡਾ ਕਿਰਕਰਾ ਹੋ ਸਕਦਾ ਸੋ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨਪਤਾਜ ਚੰਡੋਕ ਨੇ ਜਿਹੜੇ ਕਿ ਰੀਅਲ ਸਟੇਟ ਅਸਟੇਟ ਇਨਵੈਸਟਮੈਂਟ ਕੋਚ ਨੇ ਤੇ ਇਸ ਮੁੱਦੇ ਦੇ ਉੱਤੇ ਕਈ ਵਾਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਈ ਕਿਤਾਬਾਂ ਦੇ ਲੇਖਕ ਨੇ ਔਰ ਇਹਦੇ ਬਾਰੇ ਅਲੱਗ-ਅਲੱਗ ਕੈਨੇਡੀਅਨ ਅਦਾਰਿਆਂ ਚ ਉਹ ਲੈਕਚਰ ਦੇਣ ਲਈ ਉਹਨੂੰ ਬੁਲਾਇਆ ਜਾਂਦਾ ਤੇ ਸਾਡੇ ਨਾਲ ਗੱਲ ਕਰਨ ਲਈ ਉਹ ਅੱਜ ਸਟੂਡੀਓ ਚ ਨੇ ਨਵਤਾਜ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰਾ ਬਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਹੋ ਜਾਓ ਥੋੜਾ ਮਾਈਕ ਦੇ ਅਸੀਂ ਹੁਣ ਗਲਤੀ ਦਾ ਨਤੀਜੇ ਦੇਖ ਰਹੇ ਹਾਂ ਬਹੁਤ ਆਲੇ-ਦੁਆਲੇ ਆਪਣੇ ਜੀ ਹਾਂ ਔਰ ਬੜੀ ਕਈ ਵਾਰ ਅਫਸੋਸ ਹੁੰਦਾ ਤੇ ਹਮਦਰਦੀ ਹੁੰਦੀ ਹੈ ਕਈ ਵਾਰ ਇਹ ਵੀ ਹੁੰਦੀ ਹੈ ਕਿ ਉਹਨਾਂ ਦੀ ਕਿਸੇ ਤਰੀਕੇ ਨਾਲ ਹੈਲਪ ਕੀਤੀ ਜਾਏ ਪਰ ਹੁਣ ਕਈ ਕਈ ਵਾਰ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਤੁਸੀਂ ਚਾਹ ਕੇ ਵੀ ਹੈਲਪ ਨਹੀਂ ਕਰ ਸਕਦੇ ਜੀ ਸੋ ਹੁਣ ਸਿਰਫ ਇਹੀ ਹੈ ਕਿ ਅਸੀਂ ਇੱਕ ਸਬਕ ਜ਼ਰੂਰ ਸਿੱਖ ਸਕਦੇ ਹਾਂ ਕਿ ਇਹੋ ਜਿਹੇ ਫੈਸਲੇ ਬਹੁਤ ਹੀ ਜ਼ਿਆਦਾ ਸੋਚ ਵਿਚਾਰ ਕੇ ਕਰਨੇ ਚਾਹੀਦੇ ਆ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਕਰਦੇ ਨੇ ਲੋਕ ਤੇ ਅਸੀਂ ਕੋਈ ਵੀ ਬੰਦਾ ਇਹ ਗਲਤੀ ਕਰ ਸਕਦਾ ਜਿਹਨੇ ਗਲਤੀ ਕੀਤੀ ਉਹਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ ਹੈ ਪਰ ਇਹ ਕਿ ਗਲਤੀ ਇਨਸਾਨ ਕਰਦਾ ਜਦੋਂ ਆਲੇ ਦੁਆਲੇ ਦੀ ਹਵਾ ਉਸ ਕਿਸਮ ਦੀ ਹੋ ਜਾਂਦੀ ਹੈ ਤੇ ਤੁਸੀਂ ਵੀ ਬੜਾ ਲੰਬਾ ਤਜਰਬਾ ਹੈ ਤੁਹਾਡਾ ਜੀ ਤੇ ਕੁਝ ਤੁਸੀਂ ਆਪਣੇ ਤਜਰਬੇ ਚੋਂ ਸਾਡੇ ਨਾਲ ਗੱਲਾਂ ਸ਼ੇਅਰ ਕਰ ਸਕੋ ਜੀ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ ਅਸਲ ਦੇ ਵਿੱਚ ਇਹ ਹੁੰਦੀਆਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਨਾਂ ਦੀ ਦੇਖੋ ਜੀ ਇਹ ਜਿਹੜੀ ਮੇਨ ਗੱਲ ਹੈ ਉਹ ਹੁੰਦੀ ਹੈ ਲਾਲਚ ਹੂੰ ਕਿ ਇਹਨੇ ਦੋ ਕਰ ਲੈ ਲਿਆ ਤਾਂ ਵੀ ਦੋ ਲੈ ਲਵਾਂ ਇੱਕ ਇਹ ਮੈਂ ਅਫੋਰਡ ਕਰ ਸਕਦਾ ਹੈਗਾ ਕਿ ਜਿਹੜਾ ਮੇਰੇ ਆਪਣੇ ਘਰ ਹੈਗਾ ਉਹ ਠੀਕ ਚੱਲ ਰਿਹਾ ਹੈ ਕਿਤੇ ਤੇ ਮੈਂ ਹੋਰ ਕਰਜ਼ਾ ਚੱਕ ਕੇ ਹੋਰ ਘਰ ਲੈ ਰਿਆ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਇੱਕ ਇਨਸਾਨ ਦਾ ਇੱਕ ਫੈਲੋਕ ਨਹੀਂ ਦੰਦਾ ਉਹਨੂੰ ਫੋਨ ਆਇਆ ਕਿ ਜੀ ਮੈਂ ਚੰਗਾ ਭਰਾ ਮੇਰਾ ਘਰ ਪੇ ਆਫਸੇ ਮੇਰੇ ਕੋਲ ਕਿਸੇ ਨੇ ਆ ਕੇ ਕਿਹਾ ਕਿ ਮੇਰੇ ਦੋਸਤਾਂ ਦੇ ਦੋ ਦੋ ਘਰ ਲੈ ਲੈ ਮੈਂ ਵੀ ਲੈ ਲਾਂ ਮੈਂ ਵੀ ਉਹਦੇ ਤੇ ਵੱਡੀ ਮੌਰਗੇਜ ਚੁੱਕ ਲਈ ਇੱਕ ਹੋਰ ਘਰ ਲੈ ਲਿਆ ਉਹ ਮੈਨੂੰ ਰੀਅਲ ਏਸਟੇਟ ਜਿਹੜੇ ਬੰਦੇ ਸਿਵਚਕਾਰ ਲੈ ਇਨਵੈਸਟਰ ਸੀ ਜਾਂ ਸੌਰੀ ਜਾਂ ਰੀਅਲ ਏਸਟੇਟ ਏਜੰਸੀ ਜਾਂ ਮਾਰਗੇਜ ਬ੍ਰੋਕਰ ਸੀ ਜੋ ਬੰਦੇ ਸੀ ਉਹਨਾਂ ਨੇ ਕਹਿ ਨਹੀਂ ਤੇ ਤੇ ਪ੍ਰਾਪਰਟੀ ਡਬਲ ਹੋ ਜਾਣੀ ਆ ਤੇ ਤੂੰ ਬਹੁਤ ਪਿੱਛੇ ਰਹਿ ਜਾਣਾ ਕਦੇ ਮੈਂ ਲਾਲਚ ਆ ਗਿਆ 1 ਮਿਲੀਅਨ ਦੇ ਆਪਣੇ ਮਾਰਗੇਜ ਚੁੱਕ ਲਈ 1 2 ਮਿਲੀਅਨ ਦਾ ਘਰ ਲੈ ਕੇ ਉਹਦੇ ਤੇ 1 ਮਿਲੀਅਨ ਡਾਲਰ ਹੋਰ ਦੇ ਦਿੱਤਾ ਹੁਣ ਉਹਦੇ ਹਾਲਾਤ ਹੋਇਆ ਜਿ ਕਿ ਜਿਹੜਾ 2 ਮਿਲੀਅਨ ਦਾ ਘਰ ਹੈਗਾ ਉਹ ਹੁਣ 1.5 ਮਿਲੀਅਨ ਚ ਨਹੀਂ ਵਿਕ ਰਿਹਾ ਔਰ ਉਹਨੂੰ ਘੜ ਚੰਗਾ ਭਲਾ ਕਰ ਪਿਆ ਆਫਾਦਾ ਹੋਇਆ ਸੀ ਹੁਣ ਉਹਨੂੰ ਰਾਤ ਦਿਨ ਨਹੀਂ ਨਿਦਰਾ ਮੋਈ ਪਿਆ ਕਿਉਂਕਿ ਉਹਦੇ ਸਾਰੇ ਇਨਕਮ ਸਾਰੇ ਸਾਲ ਦੀ 47000 ਹੈ। ਉਹ ਜਿਹੜੇ ਉਹਦੇ ਕਿਸ਼ਤ ਪੈ ਰਹੀ ਹੈ ਉਹ 12-13000 ਰੁਪਏ ਦੇ ਮਹੀਨੇ ਦੇ ਪੈ ਰਹੀ ਕਿਉਂਕਿ ਤੇ 2 ਮਿਲੀਅਨ ਡਾਲਰ ਦੀ ਮੋੜ ਕੇ ਲੱਗੀ ਹੋਈ ਹੈ। ਉਹ ਜਿਹੜੇ ਜਗ੍ਹਾ ਤੇ ਉਸਨੇ ਘਰ ਲਿਆ ਉੱਥੇ ਉਹ ਕਿਰਾਏਦਾਰ ਕਿਰਾਇ ਤੇ ਦੇ ਰਿਹਾ। ਉਹਨੇ ਕੋਈ ਡਿਟੈਕਟਿਵਸ ਨਹੀਂ ਕੀਤੀ। ਹੁਣ ਉਹਨੂੰ ਪਤਾ ਲੱਗਿਆ ਕਿ ਉਹ ਏਰੀਆ ਦੇ ਵਿੱਚ ਜਿਸ ਜਗ੍ਹਾ ਤੇ ਉਸਨੇ ਘਰ ਲਿਆ ਜਿਸ ਹਿਸਾਬ ਨਾਲ ਉਹਨੂੰ ਦੱਸਿਆ ਗਿਆ ਸੀ ਉਹ ਤਾਂ ਗੱਲ ਕੋਈ ਹੈ ਹੀ ਨਹੀਂ ਹੈਗੀ। ਹੁਣ ਉਹ ਘਰ ਵੀ ਪੁਰਾਣਾ ਹੈਗਾ। ਉਹਦੇ ਵਿੱਚ ਥੋੜੀ ਜੀ ਸੋਲ ਕਟਾਮਿਨੇਸ਼ਨ ਵੀ ਹੈ ਕਿਸੀ ਹੁਣ ਉਹ ਵਿਚਾਰਾ ਬੰਦਾ ਫਸ ਗਿਆ ਕਿ ਜਿਹੜਾ ਬੰਦਾ ਕਰਾਇਦਾਰ ਕਹਿੰਦਾ ਚ ਮੈਂ ਤੇਰੇ ਤੇ ਕੇਸ ਕਰਨਾ ਕਿਉਂਕਿ ਤੂੰ ਮੈਨੂੰ ਜਿਹੜੀ ਪ੍ਰਾਪਰਟੀ ਦਿੱਤੀ ਹੈ ਇਹਦੇ ਕਰਕੇ ਜੇ ਮੈਨੂੰ ਕੈਂਸਰ ਹੋ ਜਾਂਦੀ ਹੈ ਇਹ ਕਾਚੇ ਸਬਸਟਸ ਹੈਗਾ ਹੁਣ ਉਹਨਾਂ ਦਾ ਵਿਚਾਰਾ ਲੈਂਡ ਦੇ ਦੇਣੇ ਪੈ ਗਿਆ ਕਹਿੰਦਾ ਚ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਊੜਾੜਾ ਪਤਾ ਨਹੀਂ ਰੀਅਲ ਸਟੇਟ ਦਾ ਮੈਂ ਤਾਂ ਕਿਸੇ ਨੇ ਕਿਹਾ ਮੈਂ ਸੁਣ ਲਿਆ ਨਹੀਂ ਦੇਖੋ ਇਹਦੇ ਚ ਚਲੋ ਇੱਕ ਤਾਂ ਜਿਹੜੀ ਦੇਖ ਦੇਖੀ ਤੇ ਲਾਲਚ ਜੀ ਇਹ ਤਾਂ ਦੋ ਗੜਬੜਾ ਹਾਈ ਨੇ ਜੀ ਉਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਦੇ ਆ ਪਰ ਬੰਦੇ ਦੀ ਇਨਕਮ 50000 ਵੀ ਨਹੀਂ ਹੈ 47000 ਹੈ ਨਾ 47000 ਇਨਕਮ ਹੈ ਤੇ ਉਹ 10000 ਦੀ ਉਹਦੀ ਪੇਮੈਂਟ ਕਿਸ਼ਤ ਬਣ ਗਈ ਹੈ 12000 ਦੀ 10 12 ਦੀ ਤੇ ਇਹ ਉਹਨੇ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਕਿਸ ਨੇ ਪਹਿਲਾਂ ਉਸ ਨੂੰ ਲਾਲਚ ਇਹ ਸੀ ਕੌਣ ਸਮਝਾਇਆ ਗਿਆ ਸੀ ਕਿ ਤੂੰ ਇੱਕ ਪ੍ਰਾਪਰਟੀ ਲੈ ਸਾਲ ਦੇ ਵਿੱਚ ਇਹਨੂੰ ਡਬਲ ਹੋ ਕੇ ਤੂੰ ਪੈਸੇ ਕਢ ਲੈ ਤੂੰ ਜ਼ਰਾ ਰਾਤੋਂ ਰਾਤ ਅਮੀਰ ਹੋ ਜਾਣਾ ਯੋਨਾ ਰਾਤੋਂ ਰਾਤ Amir ਹੋਣ ਵਾਲਾ ਸੁਪਨਾ ਸੀ ਨ ਬੜੇ ਲੋਕਾਂ ਦਾ ਕਿ ਲੋਕਾਂ ਨੇ ਸੋਚਿਆ ਕਿ ਜਦੋਂ ਵੀ ਕੋਈ ਨਵੇਂ ਪ੍ਰੀ ਕੰਸਟਰਕਸ਼ਨ ਆ ਰਹੀ ਹੈ ਕਾਂਡੋ ਆ ਰਿਹਾ ਹੈ ਚੁੱਪ ਕਰਕੇ ਜਾ ਕੇ ਲੈ ਲਓ ਪੈਸੇ ਉਰੇ ਪਰ ਫੜ ਕੇ ਦੇ ਦਿਓ ਇਹna ਉਸੇ ਤਰ੍ਹਾਂ ਦੀ ਗੱਲ ਹੈ ਜਦੋਂ ਮੈਂ ਜਿੰਨਾ ਦਿਨਾਂ ਚ ਇੰਡੀਆ ਸੀ ਜੀ ਉੱਥੇ ਕਾਫੀ ਦੌਰ ਚੱਲਿਆ ਸੀ ਬਹੁਤ ਕੰਪਨੀਜ਼ ਆਈਆਂ ਸੀ ਜੀ ਜਿਹੜੀਆਂ ਕਹਿੰਦੀ ਸੀ ਸਾਡੇ ਕੋਲ ਤੁਸੀਂ ਇਨਵੈਸਟ ਕਰੋ ਤੇ 2 ਸਾਲ ਚ ਜਾਂ 1 ਸਾਲ ਚ ਤੁਹਾਡੇ ਪੈਸੇ ਦੁੱਗਣੇ ਹੋ ਜਾਣੇ ਜੀ ਤੇ ਹੋਏ ਵੀ ਉਹਨਾਂ ਨੇ ਬੜੇ ਵੱਡੇ ਬਰਤੰਤਰ ਖੜੇ ਕੀਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਅੰਪਾਇਰ ਖੜੇ ਕਰ ਲਏ ਮੁੜ ਕੇ ਉਹ ਸਾਰੇ ਜੇਲਾ ਚ ਨਿਹਾਉਣ ਜੀ ਸੋ ਇਹ ਮਨੀ ਡਬਲ ਕਰਨ ਵਾਲਾ ਪ੍ਰੋਗਰਾਮ ਚੱਲਿਆ ਸੀ ਜੀ ਇਸ ਤਰ੍ਹਾਂ ਹੁੰਦਾ ਕਿ ਇੱਕ ਦੌਰ ਆਉਂਦਾ ਹੈ ਹਮੇਸ਼ਾ ਇਹ ਬੂਮ ਤੇ ਬਸ ਕੇ ਆ ਜਾਂਦਾ ਹੈ ਜਦੋਂ ਬੂਮ ਹੁੰਦਾ ਤੇ ਹਰ ਇੱਕ ਬੰਦਾ ਇਨਵੈਸਟਰ ਬਣ ਜਾਂਦਾ ਹੁਣ ਦੇਖੋ ਪਿਛਲੇ 5-7 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਵੀ ਨਵੇਂ ਘਰ ਬਣੇ ਨਵੇਂ ਕਾਂਡ ਬਣੇ ਉਹਨਾਂ ਚੋਂ 40% ਜਿਹੜੇ ਕਾਂਡੋ ਦੇ ਘਰ ਲੋਕਾਂ ਨੇ ਸਪੈਕੂਲੇਸ਼ਨ ਤੌਰ ਤੇ ਲਏ ਸੀ ਕਿ ਮੈਂ ਇਹਨੂੰ ਲੈ ਕੇ ਜਦੋਂ ਕਲੋਜ਼ ਜਾਂਗੇ ਮੈਂ ਫਲਿੱਪ ਕਰ ਦਿਆਂਗਾ ਹੁਣ ਉਹਨਾਂ ਨੂੰ ਕੋਈ ਪ੍ਰੈਪਰੇਸ਼ਨ ਨਹੀਂ ਪਤਾ ਕੋਈ ਕੁਝ ਨਹੀਂ ਪਤਾ ਉਹਨਾਂ ਨੂੰ ਕੋਈ ਟੈਕਸ ਇੰਪਲੀਮੈਂਟੇਸ਼ਨ ਨਹੀਂ ਪਤਾ ਮੌਕੇ ਬਾਰੇ ਕੁਝ ਨਹੀਂ ਪਤਾ ਔਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਆਪਣੇ ਪੈਸੇ ਵਿਚਾਰੇ ਨੇ ਬੜੇ ਮਿਹਨਤ ਨਾਲ ਜੋੜ ਜੋੜ ਕੇ ਘਰ ਬਣਾਏ ਹੋਏ ਆ ਉਹਨਾਂ ਨੂੰ ਓਵਰ ਲੈਵਰੇਜ ਕਰ ਰਹੇ ਨੇ ਉਹਨਾਂ ਦਾ ਰਿਸਕ ਅਸੈਸਮੈਂਟ ਨਹੀਂ ਹੈਗੀ ਐਸਟ ਪ੍ਰੋਟੈਕਸ਼ਨ ਨਹੀਂ ਹੈਗੀ ਔਰ ਜਦੋਂ ਉਹ ਫਸ ਜਾਂਦੇ ਆ ਫਿਰ ਉਹ ਭੱਜੇ ਫਿਰਦੇ ਹੁਣ ਮੈਂ ਕਿੱਥੋਂ ਨਿਕਲਾਂ ਫਿਰ ਉਹ ਕਿਸੇ ਨੂੰ ਬਲੇਮ ਕਰਦੇ ਨੇ ਕਦੇ ਰੀਅਲਟਰ ਨੂੰ ਬਲੇਮ ਕਰ ਦੇਣ ਕਦੇ ਮਾਰਕੀਟ ਬ੍ਰੋਕਨ ਬਲੇਮ ਕਰ ਦੇਣ ਕਦੇ ਮਾਰਕੀਟਿੰਗ ਕਰ ਦੇਣ ਕਦੇ ਪੋਲਿਟਿਕਸ ਨੂੰ ਕਰ ਦੇਣ ਕਿ ਮੈਂ ਕਿਤੇ ਫਸ ਗਿਆ ਹੁਣ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਵੇਂ ਤੁਹਾਡੇ ਕੋਲ ਟੈਨੈਂਟ ਆ ਗਿਆ ਕਿ ਤੁਹਾਨੂੰ ਐਲਟੀਵੀ ਬਾਰੇ ਕੁਝ ਪਤਾ ਹੈਗਾ ਕਿ ਤੁਹਾਨੂੰ ਟੈਨੈਂਟ ਰਾਈਟਸ ਪਤਾ ਹੈਗਾ ਹੁਣ ਜਿਹੜੀ ਚੀਜ਼ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਸੀਂ ਉਸ ਤੇ ਚਲੇ ਗਏ ਕੋਈ ਦੇਖਾ ਦੇਖੀ ਮੈਂ ਚਲਾ ਗਿਆ ਕਿ ਤੇਰੇ ਕੋਲ ਵਿਚਾਰ ਕਰਾਂ ਮੈਂ ਵਿਚਾਰ ਲੈਣੇ ਆ ਹੁਣ ਜਿਹੜੇ ਇਨਵੈਸਟਮੈਂਟਸ ਹੈਗੇ ਇਹਦੇ ਬਾਰੇ ਪਹਿਲਾਂ ਪ੍ਰੀ ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਥਰਡੀ ਨਾਲ ਐਕਸਪਰਟ ਹੋਣਾ ਬਹੁਤ ਜ਼ਰੂਰੀ ਹੈ ਕਿ ਹੁਣ ਆ ਆਪਣੇ ਲੋਕਾਂ ਦੇ ਵਿੱਚ ਲਾਭ ਤੋਂ ਲਾਵਾ ਜਿਹੜੇ ਲੋਕੀ ਆਮ ਕਲੀਨ ਲੋਕ ਹੈ ਉਹਨਾਂ ਨੂੰ ਪੁੱਛਦਾ ਕਿ ਵੀਰ ਕਿ ਤੂੰ ਕਿੰਨੇ ਇਨਵੈਸਟਮੈਂਟ ਕਰ ਰਿਹਾ ਜੀ ਮੈਂ ਇਨਵੈਸਟਮੈਂਟ ਪ੍ਰੋਪਰਟੀ ਹੈ ਮੈਂ ਖੈ ਤੇਰੇ ਕੋਲ ਟੈਕਸ ਪਲੈਨਰ ਹੈਗਾ ਕਹਿੰਦਾ ਉਹ ਕੀ ਹੁੰਦਾ ਜੀ ਮੈਂ ਤਾਂ ਟੈਕਸ ਫਾਈਲ ਕਰ ਦਿੰਨਾ ਤੇ ਮੈਂ ਖੈ ਜੀ ਤੁਸੀਂ ਕਿੰਨਾ ਟੈਕਸ ਦੇ ਰਹੋ ਉਹ ਬਸ ਜੀ ਗਵਰਨਮੈਂਟ ਅੱਧੇ ਪੈਸੇ ਲੈ ਦਿੰਦੀ ਹੈ ਮੈਂ ਖੈ ਜੀ ਗਵਰਨਮੈਂਟ ਅੱਧੇ ਪੈਸੇ ਲੈ ਆ ਕੇ ਤਾਂ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਤਲਪਤਾ ਕਿ ਤੁਸੀਂ ਪੰਜਾਬ ਪੰਜ ਸ਼ਰਾਂਤੀ ਬਜਾਏ ਤੁਸੀਂ 12% ਵੀ ਦੇ ਸਕਦੇ ਹੋ ਜੀ ਹੋਰ ਇਹਨਾਂ ਬਾਤਾਂ ਸੋ ਤੁਹਾਡੀ ਗੱਲ ਜਿਵੇਂ ਮੈਨੂੰ ਸਮਝ ਆ ਰਹੀ ਹੈ ਕਿ ਜਿਹੜਾ ਘਰ ਆਪਣੇ ਰਹਿਣ ਲਈ ਲੈਣਾ ਜੀ ਪਹਿਲੀ ਗੱਲ ਤੋਂ ਉਹ ਹੀ ਬੜਾ ਇੱਕ ਕਿਸਮ ਦਾ ਪ੍ਰੋਫੈਸ਼ਨਲ ਫੈਸਲਾ ਹੁੰਦਾ ਜੀ ਕਿਉਂਕਿ ਉਹ ਪੁਰਾਣੀ ਗੱਲ ਨਹੀਂ ਰਹਿ ਗਈ ਹੁਣ ਉਹਦੇ ਵਿੱਚ ਬਹੁਤ ਕੁਝ ਇਨਵੋਲਵ ਹੈ ਜੇ ਆਪਣੇ ਰਹਿਣ ਲਈ ਲੈਣਾ ਉਹ ਵੀ ਬਹੁਤ ਜ਼ਿਆਦਾ ਸਲਾਹ مشورہ ਹੋਣਾ ਚਾਹੀਦਾ ਪਰ ਜੇ ਤੁਸੀਂ ਅੱਗੇ ਇਨਵੈਸਟਮੈਂਟ ਲਈ ਲੈ ਰਹੇ ਹੋ ਉਹ ਤੇ ਇੱਕ ਕਿਸਮ ਦਾ ਉਦਾਂ ਹੀ ਆ ਵੀ ਜਿਵੇਂ ਤੁਸੀਂ ਕਿਸੇ ਬਿਜ਼ਨਸ ਚ ਇਨਵੈਸਟ ਕਰ ਰਹੇ ਹੋ। ਤੇ ਤੁਹਾਨੂੰ ਉਹ ਬਿਜ਼ਨਸ ਆਉਂਦਾ ਨਾ ਹੋਵੇ। ਉਸ ਬਿਜ਼ਨਸ ਦੀ ਤੁਹਾਨੂੰ ਬੇਸਿਕਸ ਵੀ ਨਾ ਪਤਾ ਹੋਣ। ਤੇ ਤੁਸੀਂ ਕਿਸੇ ਦੇ ਕਹੇ ਤਾਂ ਉਹਦੇ ਚ ਇਨਵੈਸਟ ਕਰਦੋਂ। ਜੀ। ਇਹ ਬੜੀ ਮਤਭਾਗੀ ਗੱਲ ਹੈ ਕਿ ਇੱਕ ਲਾਲਚ ਇਦਾਂ ਦੀ ਚੀਜ਼ ਹੈ। ਕਿ ਜਿੰਨ ਪਰ ਐਟ ਰੇਸ ਕਹਿੰਦੇ ਨੇ ਹਰਡ ਮੈਂਟੈਲਿਟੀ ਕਹਿੰਦੇ ਨੇ ਪੇੜ ਚਾਲ ਕਹਿੰਦੇ ਨੇ ਆ ਉਹਦੇ ਵਿੱਚ ਜਿੰਨੇ ਵੀ ਲੋਕੀ ਇਨਵੈਸਟਰ ਜਾ ਕੇ ਫਸਦੇ ਨੇ ਆਪੜਵੰਨ ਇਨਵੈਸਟਰ ਕਹਿੰਦੇ ਫਿਰ ਥੋੜਾ ਚਿਰ ਬਾਅਦ ਕਹਿੰਦੇ ਜੀ ਮੈਂ ਸਪੈਕੂਲੇਟਰ ਸੀ ਵੀਰ ਕਹਿੰਦਾ ਪੋਲਾ ਵਾਲਾ ਬੰਦਾ ਸੀ ਮੈਂ ਤਾਂ ਰਗੜਿਆ ਗਿਆ ਜੀ ਹੁਣ ਉਹੀ ਬੰਦਿਆਂ ਨੂੰ ਵਿਚਾਰਨ ਦਾ ਹਾਲ ਮਾਰਾ ਹੋ ਰਿਹਾ ਹੁਣ ਇੱਕ ਛੋਟੀ ਜਿਹੀ ਗੱਲ ਹੈ ਕਿ ਇਹਨੇ ਫੋਨ ਆਇਆ ਬ੍ਰੈਂਟਨ ਤੋਂ ਕਿ ਜੀ ਮੈਂ ਘਰ 2.1 ਮਿਲੀਅਨ ਦਾ ਲਿਆ ਤੇ 2.5 ਡਾਕਰ ਨਾਲ ਮੈਂ ਲੋਨ ਦਿੱਤਾ ਹੋਇਆ ਤੇ ਮੇਰੇ ਵੱਸ ਹੋਈ ਪਈ ਹੈ ਤੇ ਮੈਂ ਕਲੋਜ਼ਿੰਗ ਨਹੀਂ ਕਰ ਸਕਦਾ ਤੁਸੀਂ ਮੇਰਾ 2.5 ਲੱਖ ਲੈ ਲਓ ਤੇ ਮੈਂ ਪ੍ਰਾਪਰਟੀ ਤੁਹੇ ਲੈ ਲਓ ਤੇ ਅਸਿਕਾ ਠੀਕ ਹੈ ਜਦੋਂ ਸੀ ਪ੍ਰਾਪਰਟੀ ਦੇਖਿਆ ਤਾਂ ਨਾਲ ਦੀ ਪ੍ਰਾਪਰਟੀ 1.65 ਦੀ ਵਿਕ ਚੁੱਕੀ ਆ ਉਸ ਤੋਂ ਵੀ 200 ਸਕਰ ਫੁੱਟ ਵੱਡਾ ਘਰ ਸੀ ਜਦੋਂ ਸੀ ਕਹੇ ਵੀ ਤੇਰੇ ਘਰ ਦੀ ਅਪ੍ਰੇਜ਼ਲ 1.6 ਤੋਂ ਵੱਧ ਨਹੀਂ ਆ ਸਕਦੀ ਉਹ ਕਹਿੰਦਾ ਜੀ ਮੈਨੂੰ ਹੁਣ ਉਹ 2.5 ਲੱਖ ਨਾਲ ਪਲੇ ਉਹ ਦੇ ਕੇ ਜਾਂਚਣੇ ਪੈਗੇ ਜੇ ਮੈਂ 2.5 ਲੱਖ ਨਹੀਂ ਦਿੱਤਾ ਤੇ ਜਿਹੜਾ ਮੇਰਾ ਘਰ ਹੈ ਇਹ ਘਰ ਉੱਡ ਜਾਏਗਾ ਬਿਲਡਰ ਨੇ ਮੇਰੇ ਪਰ ਕੇਸ ਕਰੇਗਾ ਕੰਦਾ ਜੀ ਮੈਂ ਤਾਂ ਬੋਲਾਪਾਲਾ ਬੰਦਾ ਮੈਂ ਤਾਂ ਅਨਪੜ੍ਹ ਬੰਦਾ ਹੈਗਾ ਤੇ ਮੈਨੂੰ ਜਿਆਦਾ ਪਤਾ ਨਹੀਂ ਹੈਗਾ ਮੈਂ ਤਾਂ ਬੜਾ ਮਿਹਨਤ ਵਾਲਾ ਇਨਸਾਨ ਹੈਗਾ ਖੂਨ ਪਸੀਨੇ ਕਰਕੇ ਇੱਕ ਇੱਕ ਪੈਸਾ ਮੈਂ ਜੋੜਿਆ ਤੇ 5 ਲੱਖ ਡਾਲਰ ਮੇਰੇ ਨਾਲ ਮੇਰਾ ਕਾਟਾ ਪੈਣਾ ਨਾ ਕੰਦਾ ਜੀ ਮੈਨੂੰ ਪਤਾ ਨਹੀਂ ਮੈਨੂੰ ਹਾਰਟ ਅਟੈਕ ਹੋਏਗਾ ਜਾਂ ਕੀ ਹੋਏਗਾ ਦੇਖੋ ਇਨਵੈਸਟਮੈਂਟ ਕਰਨ ਵਾਸਤੇ ਤੁਹਾਨੂੰ ਬਹੁਤ ਸਾਰੇ ਗੱਲਾਂ ਆਪ ਫਰੰਟ ਤੇ ਰੱਖਣੇ ਚਾਹੀਦੇ ਆ ਕਿ ਤੁਹਾਡੇ ਖੋਲ ਇਹ ਚੀਜ਼ਾਂ ਬਾਰੇ ਤੁਹਾਨੂੰ ਕੋਈ ਸਮਝ ਹੈ ਪਹਿਲਾਂ ਸਿਰ ਲਾਲਚ ਪਿੱਛੇ ਕੋਈ ਬਿਜ਼ਨਸ ਨਾ ਕਰੋ ਉਹ ਪਹਿਲਾਂ ਸਮਝ ਲਵੋ ਕਿਸੇ ਸਿਆਣੇ ਬੰਦੇ ਨਾਲ ਗੱਲ ਕਰੋ ਵਕੀਲ ਨਾਲ ਗੱਲ ਕਰੋ ਹੁਣ ਇੱਕ ਛੋਟੀ ਜੀ ਗੱਲ ਮੈਂ ਹਮੇਸ਼ਾ ਹੀ ਦੇਖਦਾ ਕਿ ਜਦੋਂ ਕੋਈ ਇਨਵੈਸਟ ਕਰ ਲੈਂਦਾ ਜੀ ਮੈਨੂੰ ਰੀਅਲਟੇਰ ਨੇ ਕਹਤਾ ਫਿਰ ਰੀਅਲਟੇਰ ਰੀਅਲ ਏਸਟੇਟ ਏਜੰਟ ਹੈਗਾ ਨਾਉ ਮਾਰਗੇਜ ਬ੍ਰੋਕਰ ਹੈਗਾ ਨਾਉ ਵਕੀਲ ਹੈਗਾ ਨਾਉ ਟੈਕਸ ਪਲੈਨਰ ਹੈਗਾ ਤੇ ਨਾ ਹੀ ਉਹਨੂੰ ਸ਼ਾਇਦ ਤੁਹਾਨੂੰ ਨਾ ਕੋਈ ਬਿਜ਼ਨਸ ਕੰਸਲਟੈਂਟ ਨਾ ਬਿਜ਼ਨਸ ਕੰਸਲਟੈਂਟ ਉਹਨੂੰ ਕੁਝ ਐਸੈਟ ਪ੍ਰੋਟੈਕਸ਼ਨ ਬਾਰੇ ਨਹੀਂ ਪਤਾ ਤੁਹਾਡੇ ਹਾਲਾਤ ਬਾਰੇ ਨਹੀਂ ਪਤਾ ਉਹਦਾ ਕੰਮ ਹੈ ਸਿਰਫ ਮਾਰਕੀਟਿੰਗ ਕਰਨਾ ਹੁਣ ਜੇ ਤੁਸੀਂ ਇੱਕ ਬੰਦੇ ਤੋਂ ਹੀ 10 ਤਰ੍ਹਾਂ ਦੇ ਰੋ ਇਹ ਸ਼ਾਇਦ ਤੁਹਾਡੀ ਵੀ ਗਲਤੀ ਹੈ ਕਿ ਨਹੀਂ ਰੀਅਲ ਏਸਟੇਟ ਏਜੰਟ ਦੀ ਐਡਵਾਈਸ ਸਿਰਫ ਉਹਦੇ ਮਾਰਕੀਟਿੰਗ ਲੈਵਲ ਤਾਈ ਹੈਗੀ ਹੈ ਇਹ ਸਾਡੀ ਅਸਲ ਵਿੱਚ ਬਿਜ਼ਨੈਸਸ ਦੇ ਵਿੱਚ ਵੀ ਦੇਖਿਆ ਗਿਆ ਆਮ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਅਸੀਂ ਲੋਕਾਂ ਸਾਡੀਆਂ ਕਮਿਊਨਿਟੀ ਚ ਮੇਬੀ ਅਖਰ ਸਾਰੀਆਂ ਕਮਿਊਨਿਟੀ ਚ ਇਹ ਗੱਲ ਸੱਚ ਹੋਏਗੀ ਕਿ ਵੱਡੀ ਗਿਣਤੀ ਜਿਹੜੇ ਬਿਜ਼ਨਸ ਕਰਨ ਵਾਲੇ ਲੋਕ ਨੇ ਉਹ ਕੋਈ ਬਿਜ਼ਨਸ ਪਲੈਨਿੰਗ ਨਹੀਂ ਕਰਦੇ ਜਦੋਂ স্মਲ ਸਕੇਲ ਬਿਜ਼ਨਸ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਦੇਖਾ ਦੇਖੀ ਕਿ ਉਹਦਾ ਚੱਲ ਗਿਆ ਦੂਸਰੇ ਮੇਰੇ ਰਿਸ਼ਤੇਦਾਰ ਦਾ ਚੱਲ ਗਿਆ ਕਿਸੇ ਦੋਸਤ ਦਾ ਚੱਲ ਗਿਆ ਇਹ ਕੰਮ ਮੇਰਾ ਵੀ ਚੱਲ ਜਾਣਾ ਜੀ ਤੇ ਇਸੇ ਤਰ੍ਹਾਂ ਦੀ ਹੈ ਰੀਅਲ ਸਟੇਟ ਇਨਵੈਸਟਮੈਂਟ ਹੈ ਜੀ ਔਰ ਜਿਸ ਤਰ੍ਹਾਂ ਦਾ ਉਹ ਇਹ ਜੀ ਬਿਜ਼ਨੈਸਸ ਦਾ ਸਕਸੈਸ ਰੇਟ ਹੁੰਦਾ ਉਹ ਉਸੇ ਤਰ੍ਹਾਂ ਦੀ ਇਸ ਇਨਵੈਸਟਮੈਂਟ ਦਾ ਸਕਸੈਸ ਰੇਟ ਜੀ ਇਸ ਤਰ੍ਹਾਂ ਹੈ ਕਿ ਜਦੋਂ ਰੀਅਲ ਸਟੇਟ ਇਨਵੈਸਟਮੈਂਟ ਹੈ ਇਹ ਕਾਫੀ ਸਫੀਸਟਿਕੇਟਡ ਹੁੰਦੀ ਹੈ ਇਹਦੇ ਵਿੱਚ ਤੁਸੀਂ ਇਹਨਾਂ ਆਊਟ ਆਣੀ ਜਲਦੀ ਨਹੀਂ ਕਰ ਸਕਦੇ ਜਿਨਾਂ ਲੋਕੀ ਸੋਚਦੇ ਸੀ ਪਹਿਲਾਂ ਜੇ ਨੋ ਮਾਰਕੀਟ ਸਲੋ ਡਾਊਨ ਹੋ ਗਈ ਹੈ ਹੁਣ ਜਿਹੜੇ ਪ੍ਰੋਫੈਸ਼ਨਲ ਇਨਵੈਸਟਰਸ ਆ ਉਹਨਾਂ ਵਾਸਤੇ ਬੜਾ ਵਧੀਆ ਟਾਈਮ ਹੈਗਾ ਹੁਣਾਂ ਦੇ ਕੋਲ ਇਸ ਵੇਲੇ ਟੋਰਾਂਟੋ ਦੇ ਵਿੱਚ 18 ਜਾਂ 19000 ਲਿਸਟਿੰਗਾਂ ਹੈਗੀਆਂ ਹੁਣ ਤੁਸੀਂ ਆਰਾਮ ਨਾਲ ਆਪਣੀ ਪ੍ਰਾਪਰਟੀ ਪਿਕ ਅਪ ਕਰ ਲਓ ਤੁਸੀਂ ਓਨਰ ਟੂ ਫਾਈਨਾਂਸਿੰਗ ਲੈ ਸਕਦੇ ਹੋ ਬਹੁਤ ਸਾਰੇ ਪ੍ਰੋਗਰਾਮ ਗਵਰਨਰ ਦੇ ਵੀ ਅਵੇਲੇਬਲ ਹੈਗੇ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਉਹਨਾਂ ਵਾਸਤੇ ਬੜੇ ਅੱਛੇ ਪ੍ਰੋਗਰਾਮ ਹੈਗੇ ਉਹਨੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਰ ਇਹ ਉਹਨਾਂ ਵਾਸਤੇ ਹੈ ਜਿਹੜੇ ਰੀਅਲ ਜੈਨੂਇਨ ਇਨਵੈਸਟਰ ਨੇ ਨਾ ਕਿ ਸਾਡੇ ਵਰਗੇ ਜਿਹੜੇ ਦੇਖਾ ਦੇਖੀ ਕੰਮ ਕਰਦੇ ਨੇ ਦੇਖੋ ਕੋਈ ਸੇ ਕੰਮ ਵਾਸਤੇ ਵੀ ਤੁਹਾਨੂੰ ਪਹਿਲਾਂ ਬੇਸਿਕ ਤੇ ਡਿਊ ਡਿਲੀਜੈਂਸ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕੋਲ ਫੰਡamentals ਨਹੀਂ ਹੈਗੇ ਤੇ ਤੁਹਾਡਾ ਪ੍ਰੋਬਲਮ ਹੈਗੀ ਕਿ ਤੁਹਾਡੀ ਕਿਸ਼ਤੀ ਡੁੱਬੇਗੀ ਡੁੱਬੇਗੀ ਉਹਨਾਂ ਦੇ ਵਿੱਚ ਇੱਕ ਪੈਸਾ ਇਨਵੈਸਟਮੈਂਟ ਹੈ ਇੱਕ ਬਿਜ਼ਨਸ ਹੈ ਇਹਦਾ ਕੈਸ਼ ਫਲੋ ਹੈਗਾ ਬੈਂਕ ਨੇ ਵੀ ਕੁਆਲੀਫਾਈ ਕਰਨਾ ਹੈਗਾ ਤੁਸੀਂ ਫਾਈਨੈਂਸ਼ੀਅਲ ਕਿਸ ਤਰ੍ਹਾਂ ਲੈ ਰਹੇ ਹੋ ਤੁਹਾਡੀ ਐਗਜ਼ਿਟ ਸਟ੍ਰੈਟਜੀਸ ਕੀ ਹੈ ਕਿ ਕਦੋਂ ਤੁਸੀਂ ਇਸ ਚੀਜ਼ ਨੂੰ ਵੇਚਣਾ ਹੈਗਾ ਕਿਉਂਕਿ ਤੁਹਾਨੂੰ ਪਤਾ ਕਿ ਇੱਥੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ 파ਟਨਰ ਤੁਹਾਡਾ ਹੈਗਾ ਟੈਕਸ ਮੈਨ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਟੈਕਸ ਮੈਨ ਨੂੰ ਜਿੰਨੇ ਮਰਜ਼ੀ ਪੈਸੇ ਦੇਈ ਚਲੋ ਉਹਨਾਂ ਦਾ ਇੱਕ ਮੈਂਡੇਟ ਹੈ ਕਿ ਤੁਸੀਂ ਜਿੰਨੇ ਮਰਜ਼ੀ ਪੈਸੇ ਦੇ ਦਿਓ ਉਹ ਕਦੇ ਕੁਝ ਨਹੀਂ ਬੋਲਣਗੇ ਜਦੋਂ ਤੁਸੀਂ ਪੈਸੇ ਕੱਢਦੇ ਹੋਗੇ ਤੁਹਾਡੇ ਪਿੱਛੇ ਆ ਜਾਣਗੇ ਪਰ ਜਦੋਂ ਤੁਸੀਂ ਇਸ ਚੀਜ਼ ਨੂੰ ਇਨਵੈਸਟਮੈਂਟ ਨੂੰ ਇੱਕ ਬੜੇ ਤਸੱਲੀ ਬਖਸ਼ ਦੇ ਸਾਬ ਨਾਲ ਪੜ ਲਿਖ ਕੇ ਬਣਤ ਕਰਦੇ ਹੋ ਤੇ ਤੁਹਾਡੇ ਇੱਕ ਬਿਜ਼ਨਸ ਬਣ ਜਾਂਦਾ ਤੁਹਾਡੇ ਟੈਕਸ ਦੇ ਵਿੱਚ ਇੰਨੇ ਬੈਨੀਫਿਟ ਮਿਲ ਜਾਂਦੇ ਤੁਸੀਂ ਕਹਿੰਦੇ ਯਾਰ ਕੈਨੇਡਾ ਤਾਂ ਹੁਣ ਮੁਲਕ ਬਣਿਆ ਕਿਉਂ ਮੈਂ ਕੈਨੇਡਾ ਦੇ ਵਿੱਚ ਪੰਜਾਬੀ ਵਿੱਚ ਮੈਂ ਇੱਕ ਲੋਕਾਂ ਨੂੰ ਦੋ ਗੱਲ ਕਹਿਣਾ ਨਾ ਕਿ ਤੁਸੀਂ ਕੈਨੇਡਾ ਵਿੱਚ ਆਇਓ ਕਿ ਗੁਲਾਮੀ ਕਰਨ ਆਇਓ ਕਿ ਜਵਾਈ ਬਣ ਆਇਓ ਮੋਸਟਲੀ ਲੋਕੀ ਕਹਿੰਦੇ ਜੀ ਅਸੀਂ ਆਇਤਾ ਵੀ ਮੈਂ ਤਾਂ ਬੜੇ ਕਰਨੀ ਪੈਂਦੀ ਹੈ ਤੇ ਮੈਂ ਕਹਿੰਦਾ ਤੁਹਾਡੇ ਜਿਹੜੇ ਪੈਸੇ ਅੱਧੇ ਪੈਸੇ 30% ਜਾਂ 40% ਪੈਸੇ ਕਿੱਥੇ ਜਾਂਦੇ ਆ ਉਹ ਕਹਿੰਦੇ ਜੀ ਟੈਕਸਾਂ ਦੇ ਵਿੱਚ ਮੈਂ ਕਿਹਾ ਉੱਥੇ ਤਾਂ ਚਲੋ ਇਨਕਮ ਟੈਕਸ ਕੱਟ ਲਿਆ ਬਾਕੀ ਦਾ ਟੈਕਸ ਕਿੱਥੇ ਇੱਥੇ ਕੱਟ ਦਿੰਦੇ ਹੋ ਤੁਸੀਂ ਕੀ ਇਹ ਸਾਰਾ ਟੈਕਸ ਰਾਈਟ ਆਫ ਹੋ ਸਕਦਾ ਹੈਗਾ ਹੁਣ ਜਿਹੜੇ ਬੰਦੇ ਪੜ੍ਹੇ ਲਿਖੇ ਆ ਜਿਨ੍ਹਾਂ ਨੇ ਥੋੜੇ ਜੀ ਇਸ ਚੀਜ਼ ਨੂੰ ਸਮਝ ਲਿਆ ਹੈਗਾ ਉਹ ਕਹਿੰਦੇ ਜੀ ਨਹੀਂ ਐਨ ਐਵਰੇਜ ਕੈਨੇਡੀਅਨ ਨੂੰ ਨਹੀਂ ਪਤਾ ਕਿ ਤੁਸੀਂ ਇਹ ਮਹੀਨੇ ਦੇ ਵਿੱਚ 200 ਡਿਫਰੈਂਟ ਟਾਈਪ ਦੇ ਟੈਕਸ ਦੇ ਰਹੇ ਹੋ ਹਰ ਚੀਜ਼ ਤੇ ਟੈਕਸ ਹੈਗਾ ਉਸ ਤੋਂ ਇਲਾਵਾ ਜਦੋਂ ਤੁਹਾਨੂੰ ਥੋੜਾ ਜਿਹਾ ਟੈਕਸਟ ਪਲੈਨਿੰਗ ਬਾਰੇ ਪਤਾ ਲੱਗ ਜਾਂਦਾ ਹੈ ਤੇ ਤੁਸੀਂ ਆਪਣੇ ਇਨਵੈਸਟਮੈਂਟ ਰੀਅਲ اسٹیਟ ਇਨਵੈਸਟਮੈਂਟ ਕਰ ਰਹੇ ਹੋ ਜਾਂ ਕਿਸੇ ਤਰ੍ਹਾਂ ਦੀ ਇਨਵੈਸਟਮੈਂਟ ਕਰ ਰਹੇ ਹੋ ਬਿਜ਼ਨਸ ਕਰ ਰਹੇ ਹੋ ਤੇ ਜਦੋਂ ਤੁਹਾਡੇ ਕੋਲ ਇੱਕ ਅੱਛਾ ਟੈਕਸਟ ਪਲੈਨਰ ਹੈਡ ਹੈਗਰ ਔਰ ਤੁਹਾਡੇ ਨਾਲ ਪ੍ਰੋਪਰ ਤੁਹਾਡੀ ਟੀਮ ਹੈਗੀ ਹੈ ਉਹਦੇ ਵਿੱਚ ਤੁਹਾਡਾ ਪ੍ਰੋਪਰ ਕੋਚ ਹੈਗਾ ਤਾਂ ਤੁਸੀਂ ਰੀਅਲਾਈਜ਼ ਕਰਦੇ ਯਾਰ ਕਿ ਇੱਕ ਗਲਤੀ ਕਰਕੇ ਮੈਨੂੰ ਕਿੰਨੇ ਲੱਖਾਂ ਦਾ ਨੁਕਸਾਨ ਹੋ ਰਿਹਾ ਔਰ ਇੱਕ ਗੱਲ ਪਤਾ ਹੋਣ ਦਾ ਮੈਨੂੰ ਕਿੰਨੇ ਲੱਖਾਂ ਦਾ ਫਾਇਦਾ ਵੀ ਹੋ ਰਿਹਾ ਹੁਣ ਇਹ ਗੱਲ ਹੋ ਰਹੀ ਹੈ ਗਲਤੀ ਦੀ ਹੁਣ ਤੁਸੀਂ ਪੜਾਈ ਕਰਨ ਚਾਹੁੰਦੇ ਹੋ ਰੀਅਲ ਇਨਵੈਸਟਮੈਂਟ ਵਾਸਤੇ ਚਲੋ ਠੀਕ ਹੈ ਜੀ 10-15 ਹਜ਼ਾਰੋਂ ਤੁਹਾਡੀ ਫੀਸ ਲੱਗ ਗਈ ਪਰ 10-15 ਹਜ਼ਾਰ ਦਾ ਫਾਇਦਾ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ 20 ਸਾਲ 25 ਸਾਲ ਸਕੂਲ ਭੇਜ ਦਿਓ ਇਸ ਕਰਕੇ ਕਿ ਚੰਗੀ ਨੌਕਰੀ ਮਿਲ ਜਾਣ ਹੁਣ ਜਦ ਤੁਸੀਂ ਵੱਡੇ ਹੋ ਗਏ ਹੋ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਐਜੂਕੇਸ਼ਨ ਖਤਮ ਕਰ ਦਿਓ ਕਿਉਂਕਿ ਤੁਹਾਨੂੰ ਸਕੂਲ ਦੇ ਵਿੱਚ ਟੈਕਸ ਬਾਰੇ ਕੋਈ ਚੀਜ਼ ਨਹੀਂ ਪੜਾਈ ਜਾਂਦੀ ਇਨਵੈਸਟਮੈਂਟ ਬਾਰੇ ਕੋਈ ਚੀਜ਼ ਨਹੀਂ ਪੜਾਈ ਜਾਂਦੀ ਰੀਅਲ ਲਾਈਫ ਬੜਾ ਕੁਝ ਡਿਫਰੈਂਟ ਹੈਗਾ ਤੁਹਾਨੂੰ ਰੈਂਟਰ ਬਾਰੇ ਨਹੀਂ ਪੜਾਇਆ ਜਾਂਦਾ ਪ੍ਰਾਪਰਟੀ ਮੈਨੇਜਮੈਂਟ ਨਹੀਂ ਪੜਾਇਆ ਜਾ ਰਿਹਾ ਉਸ ਤੇ ਸ ਨਾ ਫਿਰ ਨੇ ਵੀ ਫਿਨਿਸ਼ ਕਰ ਲਾਂਗਾ ਆਪਣਾ ਪੇਂਟ ਕਰ ਲਾਂਗਾ ਆਪਣਾ ਰੈਂਟਰ ਲਵ ਲਾਂਗਾ ਮੈਂ ਆਪਣੇ ਫਾਰਮ Google ਤੋਂ ਅਰਕੇ ਕਰ ਲਾਂਗਾ ਮੈਂ ਵਕੀਲ ਨੂੰ 300 ਡਾਲਰ ਨਹੀਂ ਦੇਣਾ 200 ਡਾਲਰ ਨਹੀਂ ਦੇਣਾ 500 ਡਾਲਰ ਨਹੀਂ ਦੇਣਾ ਉਹ ਵੀ ਪੈਸੇ ਮੈਂ ਬਚਾ ਲਾਂਗਾ ਪਰ ਉਹ ਚੀਜ਼ਾਂ ਬਹੁਤ ਮਹਿੰਗੀਆਂ ਬਣਦੀਆਂ real estate the investment ਵਿੱਚ ਇੱਕ ਗਲਤੀ ਇੱਕ ਗਲਤੀ ਐਨੇ ਕਿਵੇਂ ਪੈ ਜਾਂਦੀ ਐ ਐਨੇ ਕਿਵੇਂ ਪੈ ਜਾਂਦੀ ਐ ਹੁਣ ਤੁਸੀਂ ਦੇਖੋ ਕਿ ਅਗਲੇ 2-3 ਸਾਲਾਂ ਦੇ ਵਿੱਚ ਇਹ ਗਲਤੀਆਂ ਸਭ ਦੇ ਸਾਹਮਣੇ ਬਾਹਰ ਆਣ ਗਿਆ ਔਰ ਕਿੰਨੇ ਹੀ ਪਰਿਵਾਰ ਦੇ ਵਿੱਚ ਕਿ ਨਾਲ ਕੋ ਸਫਰ ਕਰਨਗੇ ਉਹ ਤੁਹਾਡੇ ਸਾਹਮਣੇ ਆਏਗਾ ਪ੍ਰੋਬਲਮ ਹੈ ਜੀ ਸਿਨਿਸਿਜ਼ਮ ਸਨਕੀਪਣਾ ਇੰਨਾ ਜ਼ਿਆਦਾ ਕਿ ਵੀ ਕੋਈ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਦੀ ਗੱਲ ਹੈ ਵੀ ਜਿਵੇਂ ਕੋਈ ਵੀ ਐਡਵਾਈਸ ਤੁਸੀਂ ਦੋਗੇ ਤੇ ਉਸ ਐਡਵਾਈਸ ਚ ਸਾਡੀ ਕਮਿਊਨਿਟੀ ਚ ਕਲਚਰ ਬਣ ਚੁੱਕਿਆ ਵੀ ਇਹ ਐਡਵਾਈਸ ਦੇਣ ਵਾਲੇ ਦਾ ਕੀ ਫਾਇਦਾ ਕਿਤੇ ਇਹਨੂੰ ਕੋਈ ਫਾਇਦਾ ਨਾ ਮਿਲ ਜਾਏ ਦੇ ਮੇਥਿਆ ਕਿ ਬਹੁਤ ਸਾਰੇ ਕਿਉਂਕਿ ਐਡਵਾਈਜ਼ਰ ਵੀ ਆਪਣਾ ਚਾਹੇ ਰੀਅਲ اسٹیਟ ਵਾਲੇ ਨੇ ਚਾਹੇ ਕੋਈ ਹੋਰ ਸਰਵਿਸ ਜ ਦੇਣ ਵਾਲੇ ਨੇ ਉਹਨਾਂ ਦੇ ਉਹ ਵੀ ਦੱਸਦੇ ਨੇ ਕਿ ਸਾਡੇ ਚ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਇੱਕ ਕਲਚਰ ਡਿਵੈਲਪ ਹੋਇਆ ਉਹਦੀਆਂ ਵੀ ਰੂਟਸ ਨੇ ਉਹਦਾ ਇਹ ਕਿ ਵੀ ਆਮ ਹਰੇਕ ਬੰਦਾ ਕਹਿੰਦੇ ਸਾਡੀ ਕਮਿਊਨਿਟੀ ਚ ਅਜੀਬ ਚੀਜ਼ ਹੈ ਸਾਡੇ ਕਮਿਸ਼ਨ ਤੇ ਵੀ ਨਿਗਾਹ ਰੱਖਦੇ ਨੇ ਕਿ ਇਹਨੂੰ ਕਮਿਸ਼ਨ ਕਿੰਨਾ ਮਿਲਣਾ ਮੈਨੂੰ ਉਹਦਾ ਵੀ ਹਿੱਸਾ ਦੇ ਜਾਓ ਦੇਖੋ ਜਦੋਂ ਤੁਸੀਂ ਡਿਸਕਾਊਂਟਡ ਸਰਵਿਸ ਲਓਗੇ ਤੇ ডিসকাਉਂਟਡ ਸਰਵਿਸ ਮਿਲਣੀ ਤੁਹਾਨੂੰ ডিসকাਉਂਟਡ ਸਰਵਿਸ ਮਿਲੇਗੀ ਜੇ ডিসকাਉਂਟਡ ਪ੍ਰਾਈਸ ਦੇਓਗੇ ਦੂਸਰੀ ਗੱਲ ਹੈ ਕਿ ਮੋਸਟ ਆਫ ਦਿ ਰੀਅਲਟਰਸ ਮੇਰੇ ਓਪੀਨੀਅਨ ਦੇ ਵਿੱਚ ਮੇਰੇ ਹਿਸਾਬ ਨਾਲ ਮੋਸਟਲੀ ਰੀਅਲਟਰ ਬਹੁਤ ਅੱਛੇ ਇਨਸਾਨ ਹੈਗੇ ਮੌੜ ਦੇ ਬ੍ਰੋਕਰ ਬਹੁਤ ਛੇ ਪਰ ਤੁਹਾਨੂੰ ਥੋੜਾ ਜਿਹਾ ਥੋੜਾ ਜਿਹਾ ਤੁਹਾਨੂੰ ਦੇਖਣਾ ਪੈਂਦਾ ਹੈ ਕਿ ਕੀ ਇਹ ਰੀਅਲ ਏਸਟੇਟ ਏਜੰਟ ਨੂੰ ਰੀਅਲ ਏਸਟੇਟ ਦੇ ਗ੍ਰਾਂਟਸ ਬਾਰੇ ਪਤਾ ਹੈ ਇਨ ਅ ਡਾਊਨ ਪੇਮੈਂਟ ਮੁਫਤ ਮਿਲ ਕੇ ਦੇ ਸਕਦਾ ਹੈ ਕਿ ਗਵਰਨਮੈਂਟ ਦੇ ਪ੍ਰੋਗਰਾਮ ਵੀ ਪਤਾ ਹੈਗੇ ਕਿਹੜੇ-ਕਿਹੜੇ ਕਾਰਨ ਤੁਸੀਂ ਗਵਰਨਮੈਂਟ ਤੋਂ ਸਸਤੇ ਇਲਾਕ ਸਕਦੇ ਹੋ ਕਿ ਤੁਹਾਨੂੰ ਸਿਟੀ ਤੋਂ ਇੰਟਰਸਟ ਫ੍ਰੀ ਮਾਰਗੇਜ ਮਿਲ ਸਕਦੀ ਹੈ ਕਿ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਉਹਦੇ ਵਾਸਤੇ ਇਨਵੈਸਟਮੈਂਟ ਵਾਸਤੇ ਤੁਹਾਨੂੰ ਗਵਰਨਮੈਂਟ ਦੀ ਕਿੰਨੀ ਫੰਡਿੰਗ ਮਿਲ ਰਹੀ ਹੈ ਪਰ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਕਿ ਤੁਹਾਨੂੰ ਇਨਵੈਸਟਮੈਂਟ ਲਈ ਉਹ ਮਿਲ ਸਕਦੀ ਹੈ ਕਈ ਸਾਨੂੰ ਪੁੱਛਦੇ ਨੇ ਕਿ ਕਿੱਥੇ ਹੈ ਜੀ ਦੱਸੋ ਤਾਂ ਸਹੀ ਕਿੱਥੋਂ ਮਿਲਦੀਆਂ ਨੇ ਜੀ ਇਹ ਮੈਂ ਇਹਦੇ ਬਾਰੇ ਕਿਤਾਬ ਲਿਖੀ ਆ ਹਾਂਜੀ ਮੈਨੂੰ ਪੜਾਉਂਦਿਆਂ 30 ਸਾਲ ਐਗਜ਼ੈਕਟਲੀ ਹੁਣ ਨਵੰਬਰ ਦੇ ਵਿੱਚ 30 ਸਾਲ ਹੋ ਜਾਣਗੇ ਇਹ ਗੱਲ ਇਸ ਤਰ੍ਹਾਂ ਹੋਈ ਸੀ ਕਿ ਮੈਂ ਜਦੋਂ ਨ ਤੇ ਮੈਂ ਦੇਖਿਆ ਕਿ ਮੈਂ اٹমিক એનર્ਜੀ ਆਫ ਕੈਨੇਡਾ ਚ ਕੰਮ ਕਰਦਾ ਸੀ ਮੈਂ ਦੇਖਿਆ ਮੇਰਾ ਚੈੱਕ ਬੜਾ ਛੋਟਾ ਹੋ ਗਿਆ ਤੇ ਮੈਂ ਕਿਹਾ ਵੀ ਮੇਰੇ ਪੈਸੇ ਕਿੱਥੇ ਗਏ ਹੁਣ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਸੇ ਮੈਂ ਚੁੱਕ ਕੇ ਫੋਨ ਕਰ ਦਿੱਤਾ ਪ੍ਰਾਈਮ ਮਿਨਿਸਟਰ ਦਫ਼ਤਰ ਉਹਨੇ ਮੈਨੂੰ ਫਾਈਨੈਂਸ ਮਿਨਿਸਟਰ ਬਤਾਤਾ ਉਹ ਕਹਿੰਦਾ ਜੀ ਇਹ ਤਾਂ ਸੀ ਐਨ ਐਨ ਇਹ ਤਾਂ ਬੈਨੀਫਿਟਸ ਹੈਗੇ ਹੁਣ ਇੱਕ ਆਮ ਇਨਸਾਨ ਨੂੰ ਨਹੀਂ ਪਤਾ ਕਿ ਤੁਹਾਡੇ ਬੈਨੀਫਿਟਸ ਕੀ ਹੈਗੇ ਅੱਜ ਮੈਂ ਆਪਣੇ ਸਭ ਸਰੋਤਿਆਂ ਨੂੰ ਰੈਡ ਐਫ ਐਮ ਦੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਗਿਫਟ ਦੇਣਾ ਚਾਹਾਂਗਾ ਮੈਂ ਤੁਹਾਨੂੰ ਇੱਕ ਲਿੰਕ ਤੁਸੀਂ ਮੈਨੂੰ ਇੱਕ ਟੈਕਸ ਕਰਦੇ ਹੋ ਤੇ ਮੈਂ ਤੁਹਾਨੂੰ ਇੱਕ ਲਿੰਕ ਭੇਜਾਂਗਾ ਕਿ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟ ਨਹੀਂ ਮਿਲੇ ਔਰ ਤੁਸੀਂ ਉਸ ਲਿੰਕ ਤੇ ਜਾ ਕੇ ਦੇਖ ਲਓ ਕਿ ਤੁਹਾਨੂੰ ਇਹ ਤੁਸੀਂ ਬੈਨੀਫਿਟ ਦੇ ਹੱਕਦਾਰ ਹੈਗੇ ਹੋ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਯਾਰ ਮੈਂ ਤਾਂ ਇਨਾ ਟੈਕਸ ਦਿਨਾਂ ਕਿਸੇ ਜੀ ਦਾ ਪ੍ਰੀਮੀਅਮ ਦੇ ਰਹਾ ਪਰ ਫਾਇਦਾ ਇੱਕ ਪੈਸਾ ਨਹੀਂ ਲੈ ਰਿਹਾ ਉਹਦਾ ਹਰ ਕਮਿਊਨਿਟੀ ਮੈਂਬਰ ਨੂੰ ਇਨਾ ਕੁ ਫਾਇਦਾ ਹੋ ਸਕਦਾ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਯਾਰ ਮੈਨੂੰ ਇਨਾ ਫਾਇਦਾ ਹੋ ਸਕਦਾ ਹੈਗਾ ਉਹ ਇਹ 진짜 ਹਨ ਨੂੰ ਨਹੀਂ ਪਤਾ ਲੱਗਦੀਆਂ ਇਹ ਸਿਰਫ ਆਪਣੀ ਕਮਿਊਨਿਟੀ ਚ ਨਹੀਂ ਇਹ ਸਾਰੇ ਮੇਨ ਕਮਿਊਨਿਟੀ ਕਮਿਊਨਿਟੀ ਚ ਮੈਂ ਇੱਕ ਵਾਰੀ ਆਊਟ ਆਫ ਵਿੱਚ ਬੋਲਣ ਗਿਆ ਉੱਥੇ 2500 ਬੰਦਾ ਸੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਕਿਸ ਕਿਸ ਨੇ ਕਰ ਲਿਆ ਸਭ ਨੇ ਹੱਥ ਖੜਾ ਕੀਤਾ ਮੈਂ ਕਿਹਾ ਜੀ ਕਿਸ ਨੇ ਡਾਊਨ ਪੇਮੈਂਟ ਗਵਰਨਮੈਂਟ ਤੋਂ ਮੁਫਤ ਲਈਆ ਉਹ ਕਹਿੰਦੇ ਕੀ ਹੁੰਦਾ ਮੈਂ ਕਿਹਾ ਜੀ ਵੈਲਕਮ ਟੂ ਕੈਨੇਡਾ ਥੀਸ ਆਰ ਦਾ ਬੈਨੀਫਿਟਸ ਤੁਹਾਡੇ ਏਰੀਆ ਦੇ ਵਿੱਚ ਐਸ ਜਗ੍ਹਾ ਤੇ ਤੁਸੀਂ ਪਲੀਜ਼ ਗੂਗਲ ਕਰ ਲਓ ਫੋਰਗੇਵੇਬਲ ਡਾਊਨ ਪੇਮੈਂਟ ਅਸਿਸਟੈਂਸ the word is forgivable maaf oh 5.5% ਮਿਲ ਰਹੀ ਹੈ 10% ਮਿਲ ਰਹੀ ਹੈ ਜਰੂਰੀ ਨਹੀਂ ਹੈ ਕਿ ਤਰ ਬ੍ਰੈਂਟਨ ਮਿਸਿਸ ਆਗਾ ਜਾਂ ਵੈਂਕੂਵਰ ਚ ਮਿਲੇ ਕੁਰੇ ਪਰ ایرিয়া ਚ ਮਿਲ ਜਾਂਦੀ ਆ ਉਹ ਇਹਦੇ ਵਾਸਤੇ ਹੁੰਦੀ ਜਾਂਦੀ ਆ ਇੱਕੋ ਤੁਸੀਂ ਇਹ ਗੱਲ ਕਰਦੇ ਹੋ ਨਾ ਕਈਆਂ ਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਜਾਣੀ ਹੈ ਨਹੀਂ ਥੋੜਾ ਕਿਉਂਕਿ ਸਾਰੇ ਤੇ ਹਰ ਜਗ੍ਹਾ ਨਹੀਂ ਨਾ ਇਹ ਚੀਜ਼ਾਂ ਅਵੇਲੇਬਲ ਜੀ ਇਹ ਜਿਹੜੇ ਹੁੰਦੇ ਆ ਇਹ ਗਵਰਨਮੈਂਟ ਦੇ ਸਿਲੈਕਟਿਵ ਪ੍ਰੋਗਰਾਮ ਹੁੰਦੇ ਆ ਹੁਣ ਇਹਦੇ ਵਿੱਚ ਇੱਕ ਛੋਟੇ ਜਿਹੇ ਹੋਰ ਇੱਕ ਚੀਜ਼ ਆਈ ਹੈ ਜਿਹਨੂੰ ਉਹ ਕਹਿੰਦੇ ਆ ਅਨਟੈਰੀਅਰ ਰੈਨੋਵੇਟਸ ਤੇ ਤੁਹਾਡੇ ਇਨਕਮ ਥੋੜੀ ਹੈ ਤੁਹਾਡੇ ਘਰ ਨੂੰ ਰੈਨੋਵੇਸ਼ਨ ਚਾਹੀਦੀ ਹੈ ਉਹਦੇ ਵਾਸਤੇ ਗਵਰਨਮੈਂਟ ਦੇ ਮੁਫਤ ਦੇ ਵਿੱਚ ਪ੍ਰੋਗਰਾਮ ਅਵੇਲੇਬਲ ਹੈਗੇ ਆ ਇਸ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਹੈਗਾ ਜੇ ਤੁਹਾਡੀ ਬੇਸਮੈਂਟ ਲੀਕ ਹੁੰਦੀ ਹੈ ਉਹਦੇ ਵਿੱਚ ਗਵਰਨਮੈਂਟ ਵੀ ਸਹਾਇਤਾ ਕਰਦੀ ਹੈ ਪਰ ਇਹ ਪ੍ਰੋਗਰਾਮ ਦੇ ਵਿੱਚ 275 ਗ੍ਰਾਂਟਸ ਹੈਗੇ ਹਨ ਹੁਣ ਅਸੀਂ ਮੈਂ ਜਦੋਂ ਕਿ ਥਾਵਾਂ ਤੇ ਰੀਅਲਟਰ ਦੇ ਬੋਰਡ ਵਿੱਚ ਜਾ ਕੇ ਮੈਨੂੰ ਬੋਲਣਾ ਪੈਂਦਾ ਤੇ ਮੈਂ ਪੁੱਛਦਾ ਰੀਅਲਟਰ ਕਹਿੰਦਾ ਕੋਈ ਸੰਤਾ ਕੁਝ ਪਤਾ ਨਹੀਂ ਜੀ ਸੰਤਾ ਪੜਾਇਆ ਨਹੀਂ ਪਰ ਕਿਉਂਕਿ ਉਹ ਅਨਾਦਾ ਏਰੀਆ ਨਹੀਂ ਹੈਗਾ ਤੁਸੀਂ ਰੀਅਲ ਏਸਟੇਟ ਏਜੰਟ ਤੋਂ ਇਹ ਨੈਕਸਪੈਕਟ ਕਰੋ ਕਿ ਮੈਨੇ ਲੀਗਲ ਐਡਵਾਈਸ ਵੀ ਉਹ ਦੇ ਦੇਗਾ ਮਾਰਗੇਜ ਵੀ ਐਡਵਾਈਸ ਦੇ ਦੇਗਾ ਇਨਸਪੈਕਸ਼ਨਰੀ ਰਿਪੋਰਟ ਦੇ ਦੇਗਾ ਤੇ ਸਾਰਾ ਕੁਝ ਨ ਦੇ ਦੇਗਾ ਨਹੀਂ ਰੀਅਲ ਏਸਟੇਟ ਏਜੰਟ ਦੀ ਲਿਮਿਟ ਹੈ ਗਿਆ ਮੈਂ ਉਹਨਾਂ ਦੇ ਹੱਕ ਚ ਨਹੀਂ ਬੋਲ ਰਿਹਾ ਮੈਂ ਤੁਹਾਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਰੀਅਲ ਏਸਟੇਟ ਏਜੰਟ ਇਸ ਅ ਮਾਰਕੀਟਿੰਗ ਪ੍ਰੋਫੈਸ਼ਨਲ ਔਰ ਉਹਦੀ ਇੱਕ ਆਬਲੀਗੇਸ਼ਨ ਹੈ ਗਿਆ ਹੀ ਹਵ ਟੂ ਸੈਲ ਏਵਰੀ ਪੀਸ ਆ ਪ੍ਰੋਪਰਟੀ ਐਟ ਫੇਅਰ ਮਾਰਕੀਟ ਵੈਲਿਊ ਹੁਣ ਜਦੋਂ ਇਨਵੈਸਟਮੈਂਟ ਵਾਸਤੇ ਆ ਜਾਂਦੇ ਆ ਤੇ ਰੀਅਲ ਏਸਟ ਜਿਸ ਨੂੰ ਸੀਆਈਆਈ ਕਹਦੇ ਨੇ ਜਾ ਇਨਵੈਸਟਮੈਂਟ ਡੈਸੀਸ਼ਨ ਹੈਗੇ ਕੋ ਮੋਸਟਲੀ ਰੀਅਲਟਰ ਸਾਰੇ ਰੈਜ਼ੀਡੈਂਸ਼ੀਅਲ ਕੰਮ ਕਰਦੇ ਨਾ ਇਹਦੀ ਕਾਫੀ ਜ਼ਿਆਦਾ ਪਰਸੈਂਟੇਜ ਬਹੁਤ ਥੋੜੀ ਪਰਸੈਂਟੇਜ ਹੈ ਜਿਹਨੂੰ ਇਨਵੈਸਟਮੈਂਟ ਬਾਰੇ ਪਤਾ ਉਹ ਤੁਹਾਨੂੰ ਦੱਸਣਗੇ ਜਿਕੇ ਇਹ ਇਨਵੈਸਟਮੈਂਟ ਹੈ ਇਹ ਪ੍ਰੋਜੈਕਸ਼ਨ ਹੈ ਤੁਹਾਡਾ ਕੈਸ਼ ਫਲੋ ਹੈ ਤੁਹਾਡੀ ਰਿਟਰਨ ਆਨ ਰਿਟਰਨ ਆਨ ਇਨਵੈਸਟਮੈਂਟ ਹੈਗੇ ਉਹ ਤੁਹਾਨੂੰ ਸਮਝਾ ਦਿੰਦੇ ਨੇ ਕਿ ਤੁਸੀਂ ਇਹ ਪ੍ਰਾਪਰਟੀ ਨੂੰ ਜੇ 10 ਸਾਲ ਰੱਖੋਗੇ 20 ਸਾਲ ਰੱਖੋਗੇ ਇਹ ਪਿਆਫ ਹੋ ਜਾਏਗੀ ਤੁਸੀਂ ਕਿੰਨੂੰ ਕਿ ਸਰ ਲੈਵਰੇਜ ਕਰਨਾ ਹੈਗਾ ਤੁਹਾਡਾ ਕੈਸ਼ ਫਲੋ ਕਿਦਾਂ ਹੋਏਗਾ ਤੁਹਾਨੂੰ ਟੈਕਸ ਉਹ ਜਿਹੜੇ ਇਹ ਚੀਜ਼ਾਂ ਤਾ ਨੂੰ ਇੱਕ ਰੀਅਲਟਰ ਸਮਝ ਆ ਸਕਦਾ ਜਾਂ ਇੱਕ ਇਨਵੈਸਟਮੈਂਟ ਕੋਚ ਤੁਹਾਨੂੰ ਆਪਣੇ ਡਿਫਰੈਂਟ ਅੰਦਾਜ਼ਾ ਦੱਸ ਸਕਦਾ ਕਿ ਨੇ ਤੂੰ ਇਸ ਟਾਈਮ ਤੇ ਇਨਵੈਸਟ ਕਰ ਇਸੀ ਦਾ ਇਹ ਫਾਇਦਾ ਹੋਏਗਾ ਹੁਣ ਸਾਡੇ ਬਹੁਤ ਸਾਰੇ ਲੋਕੀ ਆਮ ਕੈਨੇਡਾ ਦੇ ਲੋਕ ਆਮ ਸਿੰਗਲ ਫੈਮਿਲੀ ਹੋਮ ਦੇ ਵਿੱਚ ਜਾਂ ਕੰਟਰੈਕਟ ਵਿੱਚ ਇਨਵੈਸਟ ਕਰਨਾ ਪਸੰਦ ਕਰਦੇ ਨੇ ਕੋਈ ਨਾ ਹੁੰਦਾ ਕਿ ਚਲੋ ਠੀਕ ਹੈ ਜੀ ਇਹ ਹੈਗਾ ਪਰ ਉਹ ਅੱਗੇ ਅੱਗੇ ਨਹੀਂ ਵਧਦੇ ਕਿ ਜੇ ਅਸੀਂ ਚਾਰ ਯੂਨਿਟ ਲੈ ਲਈਏ 6 ਯੂਨਿਟ ਲੈ ਲਈਏ ਜਾਂ ਕੋਈ ਸ਼ਾਪਿੰਗ ਪਲਾਜ਼ਾ ਲੈ ਲਈਏ ਜਾਂ ਕੋਈ ਮੈਡੀਕਲ ਬਿਲਡਿੰਗ ਲੈ ਲਈਏ ਕੁਈ ਹੋਰ ਬਹੁਤ ਸਾਰੇ ਹੋਰ ਤਰ੍ਹਾਂ ਦੀ ਇਨਵੈਸਟਮੈਂਟਸ ਹੈਗੀਆਂ ਪਰ ਉਹਨਾਂ ਦੇ ਥੋੜਾ ਜਿਹਾ ਕਰੈਕਟ ਕਰ ਦਿਆਂ ਇਹ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਸਾਡੀ ਕਮਿਊਨਿਟੀ 'ਚ ਪ੍ਰੋਬਲਮ ਹੁੰਦੀ ਹੈ ਅਸੀਂ ਡੀਲ ਕਰਦੇ ਹਾਂ ਇਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਇਨਵੈਸਟਰਸ ਵਾਸਤੇ ਜੀ ਪਰ ਹਰੇਕ ਬੰਦਾ ਸੋਚਦਾ ਕਿ ਸ਼ਾਇਦ ਮੇਰੇ ਲਈ ਐਡਵਾਈਸ ਜੀ ਕਿਉਂਕਿ ਉਹ ਹਰੇਕ ਹੀ ਆਪਣੇ ਆਪ ਨੂੰ ਇਨਵੈਸਟਰ ਵੀ ਸਮਝਦਾ ਜੀ ਸੋ ਇਹ ਨਾਲ ਨਾਲ ਮੈਨੂੰ ਗੱਲ ਕਲੀਅਰ ਕਰਨੀ ਪੈ ਰਹੀ ਹੈ ਕਿ ਇਹ ਐਡਵਾਈਸ ਉਹਨਾਂ ਵਾਸਤੇ ਹੈ ਜਿਹੜੇ ਜੈਨੂਇਨ ਇਨਵੈਸਟਰਸ ਨੇ ਜੀ ਨਾ ਕਿ ਹਰੇਕ ਬੰਦੇ ਵਾਸਤੇ ਵਨਾ ਵੀ ਇਨਵੈਸਟਡ ਹੈ ਹੈਗੇ ਉਹ ਉਹਦੇ ਵਿੱਚ ਉਹਨਾਂ ਦਾ ਜਦੋਂ ਹੁਣ ਤੁਸੀਂ ਕੋਈ ਜ ਮੈਂ ਡਾਕਟਰ ਪਰ ਕੋ ਡਿਗਰੀ ਨਹੀਂ ਹੈਗੀ ਹਾਂਜੀ ਪਰ ਮੈਂ ਪ੍ਰੈਕਟਿਸ ਕਰ ਰਿਹਾ ਹਾਂਜੀ ਹੁਣ ਹੈਗੇ ਕਿ ਤੁਹਾਡੇ ਕੋਲ ਐਜੂਕੇਸ਼ਨਲ ਬੈਕਗਰਾਉਂਡ ਨਹੀਂ ਉਸ ਚੀਜ਼ ਬਾਰੇ ਹੈਗੇ ਤੁਹਾਨੂੰ ਉਹਦੇ ਇਨਫਰਮੇਸ਼ਨ ਨਹੀਂ ਹੈਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹ ਜਆ ਦੇ ਨਹੀਂ ਟਿਕੇਗਾ ਹੁਣ ਅਸੀਂ ਦੇਖਦੇ ਹਾਂ ਕਿ ਮੈਂ ਮੈਨੂੰ ਮੌਕਾ ਮਿਲਦਾ ਹੈ ਕਿ ਮੈਂ ਕੈਨੇਡਾ ਦੇ ਵਿੱਚ 29 ਡਿਫਰੈਂਟ ਸ਼ਹਿਰਾਂ ਦੇ ਵਿੱਚ ਜਾ ਕੇ ਬੋਲਦਾ ਔਰ ਆਲ 10 ਪ੍ਰੋਵਿੰਸ ਦੇ ਵਿੱਚ ਮੋਹ ਸਾਰੇ ਜਨਰਲ ਚੇਂਜ ਪਰ ਹੋਣਾ ਹੈਗਾ ਤੇ ਮੋਹ ਸਾਰੇ ਰੀਲਸਟਡ ਕਨਵੈਨਸ਼ਨ ਤੇ ਮੈਨੂੰ ਬੁਲਾਇਆ ਜਾਂਦਾ ਕਿਥਾਂ ਵਾਂ ਤੇ ਐਡਵਾਈਜ਼ਰੀ ਬੋਰਡ ਦੇ ਵਿੱਚ ਵੀ ਬਣਦਾ ਜਾਂਦਾ ਕਿ ਤੁਸੀਂ ਦੱਸੋ ਜੀ ਇਹ ਕਿਸ ਤਰ੍ਹਾਂ ਕਰਨਾ ਚਾਹੀਦਾ ਹੁਣ ਉਹਨਾਂ ਦੇ ਕੋਲ ਜਦੋਂ ਅਸੀਂ ਜਾ ਕੇ ਗੱਲ ਦੱਸਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਨਵੈਸਟਰਸ ਆ ਉਹ ਐਜੂਕੇਟਿਡ ਨਹੀਂ ਹੈਗੇ ਔਰ ਸਿਰਫ ਅਨਦਰ ਫੰਡamentals ਬੜਾ ਵੀਕ ਹੈਗਾ ਉਹਨਾਂ ਦਾ ਇੱਕੋ ਸਟਰੈਂਥ ਹੈਗਾ ਕਿ ਆ ਗਣਾ ਫਲਿੱਪ ਇਟ ਆ ਗਣਾ ਮੇਕ ਮਨੀ ਔਰ ਇਸ ਤਰ੍ਹਾਂ ਦੀਆਂ ਗੱਲਾਂ ਦੇਖੋ ਗਲਤੀਆਂ ਸਿਰਫ ਘਰ ਖਰੀਦਣ ਵੇਲੇ ਨਹੀਂ ਕਰਦੇ ਲੋਕ ਬਿਜ਼ਨਸ ਸ਼ੁਰੂ ਕਰਨ ਵੇਲੇ ਵੀ ਕਰਦੇ ਨੇ ਇਸੇ ਕਰਕੇ ਬਿਜ਼ਨਸ ਕਿੰਨੇ ਸਕਸੈਸਫੁਲ ਹੁੰਦੇ ਆ ਜੀ ਜਿੰਨੇ ਖੁੱਲਦੇ ਨੇ ਉਹਨਾਂ ਚ ਬੜੀ ਵੱਡੀ ਗਿਣਤੀ ਚ ਬੰਦ ਹੀ ਹੁੰਦੇ ਨੇ ਸਮਾਲ 스کیل ਬਿਜ਼ਨਸ ਜੀ ਸਾਰਿਆਂ ਲਈ ਸਾਰੇ ਕੰਮ ਨਹੀਂ ਆ ਜੀ ਜੋ ਮੈਨੂੰ ਤੁਹਾਡੀ ਗੱਲ ਤੋਂ ਸਮਝ ਆ ਰਿਹਾ ਔਰ ਇਸ ਗੱਲ ਨੂੰ ਸਾਨੂੰ ਥੋੜਾ ਜਿਹਾ ਨਖੇੜਨਾ ਚਾਹੀਦਾ ਹੈ ਕਿ ਕੋਈ ਚੀਜ਼ ਕਿਸੇ ਲਈ ਚੰਗੀ ਹੋ ਸਕਦੀ ਹੈ ਹੋ ਸਕਦਾ ਦੂਸਰੇ ਲਈ ਉਹ ਚੰਗੀ ਨਾ ਹੋਵੇ ਜੀ ਪਰ ਜਦੋਂ ਸਾਰੇ ਉਹ ਇੱਕੋ ਹੀ ਗੱਲ ਕਰਨੀ ਚਾਹੁੰਦੇ ਆ ਚੱਕਰਨ ਦੀ ਕੋਸ਼ਿਸ਼ ਕਰਦੇ ਨੇ ਉਦੋਂ ਫਿਰ ਆਪਣੇ ਆਪ ਨੂੰ ਟ੍ਰਬਲ ਚ ਫਸਾਉਂਦੇ ਆ ਜੀ ਸੋ ਜਿਹੜਾ ਰੀਅਲ ਸਟੇਟ ਇਨਵੈਸਟਮੈਂਟ ਹੈ ਇੱਕ ਸਪੈਸ਼ਲਾਈਜ਼ਡ ਏਰੀਆ ਜਿਹਦੇ ਵਿੱਚ ਤੁਹਾਨੂੰ ਕਿਸੇ ਇਹਦੀ ਇਹ ਇਸ ਨੋਲਜ ਦੀ ਜ਼ਰੂਰਤ ਹੁੰਦੀ ਹੈ ਜੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ ਔਰ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੁੰਦੀ ਹੈ ਜੇ ਤੁਸੀਂ ਨਹੀਂ ਕਰਦੇ ਇਹਦੇ ਵਿੱਚ ਫਿਰ ਤੁਸੀਂ ਉਸੇ ਤਰ੍ਹਾਂ ਦੀਆਂ ਗਲਤੀਆਂ ਕਰੋਗੇ ਜਿਵੇਂ ਬਿਨਾ ਕਿਸੇ ਪਲੈਨਿੰਗ ਦੇ ਤੁਸੀਂ ਬਜਨਿਸ਼ੀ ਸ਼ੁਰੂ ਕਰ ਲਿਆ ਜੀ ਤੇ ਪਰ ਹੁਣ ਦਿੱਕਤ ਇਹ ਹੈ ਜੀ ਕਿ ਇਹ ਇਹ ਫਿਰ ਇੱਕ ਆਮ ਸਵਾਲ ਇਹ ਆ ਜਾਂਦਾ ਜੀ ਅਸੀਂ ਇਹ ਜੀ ਨੌਲੇਜ ਲਈਏ ਕਿੱਥੋਂ ਜੀ ਗਲੈਸ ਰੈਂਕ ਇਹ ਐਸੈਸ ਚੀਜ਼ ਦੇ ਕੋਰਸ ਜਿਵੇਂ ਸ਼ਿਵ ਪ੍ਰੋਟੋਸ ਜਿਨਾਂ ਤੇ ਪੜ੍ਹਾ ਜਾਂਦੇ ਉਹਨਾਂ ਚ ਵੀ ਮੈਂ ਜਾ ਕੇ ਪੜ੍ਹਾਉਣਾ ਇੱਕ ਕੋਰਸ ਉੱਥੇ ਵੀ ਜੋ ਕਿ ਜਾ ਕੇ ਲੋਕੀ ਪੜ੍ਹਦੇ ਹੈਗੇ ਪਰ ਕਈ ਗੱਲਾਂ ਹੈਗੀਆਂ ਕਿ ਉਹ ਜਿਹੜੇ ਕੋਰਸ ਹੈਗੇ ਆ ਉਹ ਬਹੁਤ ਸ਼ਾਰਟ ਟਰਮ ਹੈਗੇ ਆ ਹੁਣ ਯੂਰਕ ਸਟਰੀਚ ਹੈਗਾ ਯੂਨੀਵਰਸਿਟੀ ਟੋਰਾਂਟੋ ਚ ਹੈਗਾ ਕਈ ਵਾਰ ਯੂਨੀਵਰਸਿਟੀ ਚ ਹੈਗਾ ਜਿੱਥੇ ਮੈਨੂੰ ਬੁਲਾਇਆ ਜਾਂਦਾ ਕਿ ਤੁਸੀਂ ਆ ਕੇ ਪੜਾਓ ਮੈਂ ਕਿਹਾ ਜੀ ਨਹੀਂ ਮੈਂ ਇੱਕ ਦਿਨ ਆ ਕੇ ਗੈਸ ਵੀ ਕਰਾ ਸਕਦਾ ਹੈਗਾ ਔਰ ਮੈਂ ਆਪਣੇ ਇਸ ਤਰ੍ਹਾਂ ਇਹ ਚੀਜ਼ ਮੈਂ ਪੜਾ ਸਕਦਾ ਹੈਗਾ ਹੁਣ ਜਦੋਂ ਵੀ ਮੈਂ ਯੂਨੀਵਰਸਿਟੀਆਂ ਚ ਜਾ ਕੇ ਪੜਾਉਣਾ ਹੈਗਾ ਤੇ ਮੈਂ ਦੇਖਦਾ ਕਿ ਉੱਥੇ ਜਿਹੜੇ ਮੋਸਟਲੀ ਲੋਕੀ ਆਉਂਦੇ ਨੇ ਉਹ ਜ਼ਿਆਦਾ ਪੜ੍ਹੇ ਲਿਖੇ ਨੇ ਹੁਣ ਮੈਂ ਇਸ ਵੇਲੇ ਇੱਕ ਮੇਰੀ ਕਲਾਸ ਚੱਲ ਰਹੀ ਹੈ ਉਹਦੇ ਵਿੱਚ ਪੰਜ ਡਾਕਟਰ ਪੜ੍ਹ ਰਹੇ ਨੇ ਮੈਨੂੰ ਰਸ਼ਨ ਪੁੱਛਿਆ ਕਿ ਤੁਸੀ ਤੁਨ ਕੀ ਲੋੜ ਪਈ ਆ ਉਹ ਕਹਿੰਦੇ ਜੀ ਅਸੀਂ ਇੱਕ ਵਾਰੀ ਹੱਥ ਲਵਾ ਚੁੱਕੇ ਹਾਂ ਹੁਣ ਅਸੀਂ ਇਹ ਚੀਜ਼ ਨੂੰ ਸਮਝ ਕੇ ਇਨਵੈਸਟਮੈਂਟ ਕਰਨੀ ਹੈਗੀ ਆ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਤੁਹਾਨੂੰ ਕੋਈ ਸਮਝ ਹੈਗੀ ਆ ਤੁਸੀਂ ਇਨਵੈਸਟਮੈਂਟ ਵਾਸਤੇ ਸੋਚ ਕੇ ਕਰ ਰਹੇ ਹੋ ਤਾਂ ਚਾਂਸਸ ਆ ਕਿ ਉਹ ਚੜਚੜ ਜਿਹੜਾ ਇਨਵੈਸਟਮੈਂਟ ਉਹ ਬੜੀ ਸਕਸੈਸਫੁਲ ਰਹੇਗੀ ਹੁਣ ਜਦੋਂ ਅਸੀਂ ਪੇੜਚਾਲ ਕਰ ਲੈਨੇ ਐ ਇਹਨੇ ਵੀ ਲੈ ਲਿਆ ਮੈਂ ਵੀ ਲੈ ਲਿਆ ਮੈਨੂੰ ਨਹੀਂ ਪਤਾ ਮੈਂ ਆਪਣੇ ਖਰਚੇਸ ਤਾਂ 10 ਰੱਖ ਲੈ ਇਸ ਤਰ੍ਹਾਂ ਕਾਨੂੰਨ ਬਹੁਤ سارے ਤੋੜੇ ਜਾਂਦੇ ਨੇ ਤੁਹਾਡੀ ਗੱਲ ਤੋਂ ਮੈਨੂੰ ਇੱਕ ਹੋਰ ਐਗਜ਼ਾਮਪਲ ਵੀ ਹੈ ਜਿਵੇਂ ਖਾਣਾ ਬਣਾਉਣਾ ਤੇ ਹਰ ਕੋਈ ਜਾਣਦਾ ਜੀ ਪਰ ਹਰ ਕੋਈ ਰੈਸਟੋਰੈਂਟ ਥੋੜਾ ਰਨ ਕਰ ਸਕਦਾ ਜੀ ਦੇਖੋ YouTube ਤੇ ਜਾ ਕੇ ਦੇਖਣਾ ਖਾਣਾ ਬੜਾ ਸੁੱਖਾ ਲੱਗਦਾ ਜਦੋਂ ਆਪ ਬਣਾਉਂ ਤਾਂ ਬਦਲਦਾ ਇਹ ਤਾਂ ਪਰਤਾ ਦੇ ਇਹ ਬਣਾ ਕੇ ਦਿੱਤਾ ਪਰ ਹਾਂਜੀ ਤੇ ਗੱਲ ਇਸ ਤਰ੍ਹਾਂ ਦੇਖਣ ਨੂੰ ਹਰ ਚੀਜ਼ ਥੋੜੀ ਸੌਖੀ ਲੱਗਦੀ ਹੈ ਦੂਸਰੀ ਗੱਲ ਹੈ ਕਿ ਜਦੋਂ ਵੀ ਤੁਸੀਂ ਕੋਈ ਇਨਵੈਸਟਮੈਂਟ ਕਰਦੇ ਹੋ ਇਹਦੇ ਵਿੱਚ ਤੁਹਾਡੀ ਟੀਮ ਦੇ ਵਿੱਚ 5 7 ਜਾਂ 8 10 membber ਨਾਲ ਹੋਣ ਜ਼ਰੂਰੀ ਹੈ ਜਿਹੜੇ ਤੁਹਾਡੇ ਐਡਵਾਈਜ਼ਰ ਹੈਗੇ ਹਨ ਉਹ ਇਹ ਐਡਵਾਈਜ਼ਰ ਇਤਨੇ ਜ਼ਰੂਰੀ ਹੈ अगेन ਕਿਉਂਕਿ ਜਦ ਤੱਕ ਤੜ ਕੋਲ ਪ੍ਰੋਪਰ ਕੋਚਿੰਗ ਨਹੀਂ ਹੈਗੀ ਤੜ ਕੋ ਪ੍ਰੋਪਰ ਨੋਲਿਜ ਨਹੀਂ ਹੈਗੀ ਤੁਸੀਂ ਯੂ ਆਰ ਨਾਟ ਅ ਮਾਸਟਰ ਆਫ ਆਲ ਟਰੇਡ ਯੂ ਕੈਨ ਬੀ ਜੈਕ ਆਫ ਆਲ ਟਰੇਡ ਨਾਟ ਅ ਮਾਸਟਰ ਆਫ ਨਨ ਉਹ ਇਹ ਗੱਲ ਬਹੁਤ ਜ਼ਰੂਰੀ ਹੈ अगेन ਹੁਣ ਜਦੋਂ ਮੈਂ ਰੀਅਲ ਅਸੈਟ ਇਨਵੈਸਟਮੈਂਟ ਪੜਾਉਣ ਜਾਣਾ ਹੈਗਾ ਤੇ ਕਿਹ ਥਾਂ ਦੇ ਯੂਨੀਵਰਸਿਟੀ ਦੇ ਵਿੱਚ ਉਹ ਮੈਨੂੰ ਇਹ ਗੱਲ ਸਵਾਲ ਪੁੱਛਿਆ ਜਾਂਦਾ ਕਿ ਜੀ ਤੁਸੀਂ ਅਸ ਇਨਵੈਸਟਮੈਂਟ ਪੜਾ ਰਹੇ ਹੋ ਤੁਸੀਂ ਇਹ ਨੋਲਿਜ ਕਿਸ ਤਰ੍ਹਾਂ ਕੀਤੀ ਕਿ ਤੁਸੀਂ ਇਹ ਗਲਤੀਆਂ ਨਾਲ ਸਿੱਖੇ ਹੋ ਦੇਖੋ ਰੀਅਲ ਸ਼ੇਅਰ ਤੇ ਇਨਵੈਸਟਮੈਂਟ ਕਰਨ ਦੇ ਦੋ ਟੰਕੇ ਹਨ ਇੱਕ ਤਾਂ ਬੜੀ ਵੱਡੀ ਮਾਰ ਹੈਗੀ ਕਿ ਬਾਈ ਮਿਸਟੇਕ दट ਕਾਸ ਬਹੁਤ ਜ਼ਿਆਦਾ ਪੈਸਾ ਖਰਚ ਹੋ ਜਾਂਦਾ ਇੱਕ ਇੱਕ ਛੋਟੀ ਜਿਹੀ ਗਲਤੀ ਤੇ 5 ਲੱਖ 10 ਲੱਖ ਦਾ 2 ਲੱਖ ਦਾ ਨੁਕਸਾਨ ਹੁੰਦਾ ਔਰ ਜੇ ਉਹ ਚੀਜ਼ ਤੁਸੀਂ ਪੜ ਲਓ ਕਿਸੇ ਨੇ 10 15 20 ਹੜਾਲ ਦੇਖ ਕੇ ਉਹ ਬੜੀ ਸਸਤੀ ਪੈਂਦੀ ਹੈ ਫਿਰ ਤੁਹਾਨੂੰ ਲੌਂਗ ਟਰਮ ਵਾਸਤੇ ਹੈਗਾ ਫਿਰ ਤੁਸੀਂ ਆਪਣੇ ਬਚਾਨ ਦੇ ਦਿੰਦੇ ਹੋ ਹੁਣ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁਣ ਕੀ ਹੋ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਦੇ ਵਿੱਚ 25% ਆਫ ਪੀਪਲ ਆ ਗਣਾ ਬੀ ਓਵਰ ði ਏਜ ਆਫ 65 ਪਲੱਸ ਹਣ ਜਿਹੜੇ ਉਹਨਾਂ ਦੇ ਪ੍ਰਾਪਰਟੀ ਵਿਕਣੇ ਹੈਗੇ ਆ ਉਹਦੇ ਉੱਤੇ ਉਹਨਾਂ ਤੇ ਕੀ ਟੈਕਸ ਲੱਗੇਗਾ ਕੀ ਉਹਨਾਂ ਨੂੰ ਪ੍ਰੋਬੇਟ ਬਾਰੇ ਪਤਾ ਹੈਗਾ ਹੁਣ ਐੜੇ ਚੀਜ਼ਾਂ ਹੈਗੇ ਆ ਇਹ ਇਨਵੈਸਟਮੈਂਟ ਵਿੱਚ ਪੜਾਈ ਜਾਂਦੀਆਂ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਕਰਦੇ ਹੋ ਕਿ ਤੁਹਾਨੂੰ ਡਿਊਲ ਬਿਲ ਲਿਖਣੀ ਜ਼ਰੂਰੀ ਹੈ ਕਿ ਬਿਲ ਤੁਹਾਡੇ ਇੱਕ ਹੋਣੀ ਚਾਹੀਦੀ ਹੈ ਜਾਂ ਦੋ ਹੋਣੀਆਂ ਚਾਹੀਦੀਆਂ ਹੁਣ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਨਹੀਂ ਸਮਝਦੇ ਫਿਰ ਤੁਹਾਨੂੰ ਬਹੁਤ ਸਾਰਾ ਟੈਕਸ ਲੱਗਦਾ ਹੈਗਾ ਹੁਣ ਕਈ ਚੀਜ਼ਾਂ ਹੈਗੇ ਜਿਨ੍ਹਾਂ ਨੂੰ ਅਸੀਂ ਆਰਾਮ ਨਾਲ ਪਾਸ on ਕਰ ਸਕਦੇ ਹੈਗੇ ਅਸੀ ਕਵਰ ਅਸਟੇਟ ਪਲੈਨਿੰਗ ਬਾਰੇ ਸ਼ੋ ਕੀਤਾ ਸੀ ਤੇ ਬਹੁਤ ਥੋੜੀ ਗਿਣਤੀ ਚ ਲੋਕ ਨੇ ਜਿਨ੍ਹਾਂ ਨੂੰ ਅਸਟੇਟ ਪਲੈਨਿੰਗ ਦਾ ਪਤਾ ਇਹ ਦੇਖੋ ਜਿਹੜੇ ਫਾਈਨੈਂਸ਼ੀਅਲ ਪਲੈਨਰਸ ਹੈਗੇ ਆ ਉਹ ਬਹੁਤ ਹੀ ਅੱਛੇ ਤੁਹਾਨੂੰ رائے ਦੇ ਸਕਤੇ ਹੈਗੇ ਜੇ ਉਹਦੇ ਨਾਲ ਤੁਹਾਡੇ ਕੋਲ ਅਸਟੇਟ ਪਲੈਨਿੰਗ ਦਾ ਇੱਕ ਵਕੀਲ ਵੀ ਹੈਗਾ ਜਿਹਨੂੰ ਐਕਸਪੀਰੀਅੰਸ ਹੈਗਾ ਉਹ ਤੁਹਾਨੂੰ ਸਮਝਾ ਸਕਦਾ ਕਿ ਤੁਹਾਨੂੰ ਐਦਾ ਨੁਕਸਾਨ ਬਾਅਦ ਪਤਾ ਲੱਗਦਾ ਕਿ ਦੇਖੋ ਜੀ ਇਹ ਬੰਦਾ ਪੂਰਾ ਗਿਆ ਤੇ ਹੁਣ ਇਸਦਾ ਕੀ ਕਰਨਾ ਤੇ ਦੋ ਇਨਵੈਸਟਮੈਂਟ ਪ੍ਰਾਪਰਟੀਆਂ ਸੀ ਕਿਤੇ ਤੇ ਕੈਪੀਟਲ ਗੇਨ ਟੈਕਸ ਦੇਣਾ ਪਏਗਾ ਹੁਣ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹਨਾ ਹੈ ਕਿ ਜਿਹੜੀ ਇੱਕ ਬੜੀ ਵੱਡੀ ਗਲਤੀ ਥੋੜੇ ਦਿਨ ਹੋਏ ਇੱਕ ਕੈਨੇਡੀਅਨ ਬੰਦੇ ਨੇ ਬੜੇ ਅੱਛੇ ਪੈਸੇ ਕਮਾਦਾ ਉਹ 2 ਲੱਖ ਡਾਲਰ ਦੀ ਸੰਖਾ ਹੈ ਗਿਆ ਉਸਨੇ ਇੱਕ ਅਕਾਉਂਟ ਆਬਿਨਿਅਮ 5 ਲੱਖ ਦਾ ਲੈ ਲਿਆ ਹੂੰ ਹੂੰ 3-4 ਸਾਲ ਦਾ ਅਕਾਉਂਟ ਤਿਆਰ ਹੋ ਗਿਆ ਉਹਨੇ 7 ਲੱਖ ਦਾ ਵੇਚ ਦਿੱਤਾ 7 ਲੱਖ ਦਾ ਵੇਚ ਦਿੱਤਾ ਤੇ ਉਹਨੇ ਟੈਕਸ ਵੀ ਅਦਾ ਦਿੱਤਾ ਕਿ ਮੈਂ ਜੀ 5 ਲੱਖ ਦਾ ਲਿਆ ਸੀ 7 ਦਾ ਵੇਚਿਆ ਬਣਾ 2 ਲੱਖ ਦਾ ਫਾਇਦਾ ਹੋ ਗਿਆ ਉਹਨੇ ਸੱਚਾਈ ਕੀ ਹੈ ਸੱਚਾਈ ਇਹ ਹੋਏ ਕਿ ਸੀਆਰਏ ਨੇ ਕਿਹਾ ਜੀ ਰੈਵਨਿਊ ਜਨਸੀ ਨੇ ਕਿਹਾ ਜੀ ਦੇਖੋ ਜੀ ਇਹ ਤਾਂ ਬਿਜ਼ਨਸ ਇਨਕ ਤੇ ਤੜਾ ਜਿਹੜਾ 2 ਲੱਖ ਰੁਪਏ ਦਾ ਫਾਇਦਾ ਹੋਇਆ ਉਹ ਤੇ 50% ਤੁਸੀਂ ਪਹਿਲਾਂ ਟੈਕਸ ਦਿਓ ਚਲੋ ਜੀ 1 ਲੱਖ ਰੁਪਏ ਤਾਂ ਉੱਥੇ ਚਲਾ ਗਿਆ 35000 ਡਾਲਰ ਉਹਨਾਂ ਰੀਅਲ ਅਸਟੇਟ ਕਮਿਸ਼ਨ ਚਲਾ ਗਿਆ ਹੂੰ ਹੂੰ 5 ਕੋ ਹਜ਼ਾਰ ਡਾਲਰ ਉਹਨੇ ਅਸਾਈਨਮੈਂਟ ਬਿਲਡਰ ਨੂੰ ਦੇ ਦਿੱਤੇ ਉਸ ਤੋਂ ਬਾਅਦ ਜਿਹੜਾ 5 ਸਾਲ ਵਾਸਤੇ ਉਹਨੇ ਡਿਪੋਜ਼ਿਟ ਦਿੱਤਾ ਸਾਰਾ ਖੋਹ ਦਿੱਤਾ ਸੀ ਉਹਦੇ ਤੇ ਆਪਣਾ ਵਿਆਜ ਵੀ ਦਿੱਤਾ ਹੁਣ ਕਰ ਕਰਾ ਕੇ ਨ ਬਚਿਆ ਕੀ ਕਪਾਣ ਕਰਨ ਵਾਸਤੇ ਬੜਾ ਵੱਡਿਆ ਜੀ ਦੇਖੋ ਜੀ ਮੈਂ 5 ਲੱਖ ਦਾ ਕਾਂਡੋ ਲੈ ਕੇ 7 ਲੱਖ ਚ ਵੇਚ ਦਿੱਤਾ ਬੱਲੇ 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 ਵੀ ਬੱਲੇ ਭਾਈ ਤੇਰੀ ਜੇਵ ਚ ਕੀ ਪਿਆ ਹੁਣ ਜੇ ਉਹ ਹੀ ਬੰਦਾ ਹੁਣ ਮੈਨੂੰ ਆਕੇ ਕਹਿੰਦਾ ਜੀ ਤੁਸੀਂ ਮੈਨੂੰ ਦੱਸੋ ਕਿ ਮੈਂ ਹੁਣ ਅੱਗੋ ਇਨਵੈਸਟਮੈਂਟ ਬਿਲਕੁਲ ਨਹੀਂ ਕਰਨੀ ਮੈਨੂੰ ਪਤਾ ਹੈ ਕਿ ਤੁਸੀਂ ਜੇ ਮੈਂ ਤੁਹਾਨੂੰ ਤੁਸੀਂ ਜਿਸ ਤਰ੍ਹਾਂ ਸਮਝਾਓਗੇ ਮੈਂ ਜੇ ਆਪਣੇ ਟੈਕਸ ਪਲਾਨਾ ਚੱਲਾਂਗਾ ਤੇ ਉਸ ਨਾਲ ਮੈਨੂੰ AR 50% ਟੈਕਸ ਨਹੀਂ ਦੇਣਾ ਪਏਗਾ ਔਰ ਮੇਰੇ ਆਪਣੇ ਪਰਸਨਲ ਟੈਕਸ ਦਾ ਵੀ ਫਾਇਦਾ ਹੋ ਸਕਦਾ ਹੁਣ ਉਹਨੂੰ ਹੈਗਾ ਕਿ ਉਹਦੀ ਉਮਰ 30 ਸਾਲ ਆ। ਉਹ ਕਹਿੰਦਾ ਯਾਰ ਮੈਂ 35 ਸਾਲ ਹਲੇ ਹੋਰ ਕੰਮ ਕਰਨਾ ਹੈਗਾ। ਮੈਂ ਟੈਕਸ ਦੇਖ ਕੇ ਬਹੁਤ ਤੰਗ ਆ ਗਿਆ ਕਿ ਮੈਨੂੰ ਟੈਕਸ 'ਚ ਫਾਇਦਾ ਹੋ ਸਕਦਾ। ਕਿ ਇਹ ਟੈਕਸ ਸ਼ੈਲਟਰ ਬਣ ਸਕਦਾ ਹੈਗਾ। ਹੁਣ ਦੂਜੀ ਗੱਲ ਉਸਨੇ ਮੈਨੂੰ ਜਿਹੜੀ ਦੱਸੀ ਮੈਂ ਉਹਦਾ ਬੜਾ ਪਰੇਸ਼ਾਨ ਹੋਇਆ। ਉਹ ਕਹਿੰਦਾ ਜੀ ਮੇਰੇ ਕੋਲ ਘਰ ਹੈਗਾ। ਹੁਣ ਮੇਰੀ ਜਿਹੜੀ ਕਿਸ਼ਤ ਹੈਗੀ ਆ ਉਹ ਕਾਫੀ ਵੱਧ ਗਈ ਹੈ। ਔਰ ਮੈਂ ਆਪਣੇ ਕਿਸ਼ਤ ਤੇ ਮੇਰੇ ਖਰਚੇ ਐਨੇ ਕਿਉਂ ਹੈਗੇ ਨੇ ਕਿ ਮੈਂ ਤੇ ਮੇਰੀ بیوی ਅਸੀਂ ਐਨੇ ਪੈਸੇ ਕਮਾਣੇ ਹੈਗੇ ਆ। ਔਰ ਅਸੀਂ ਆਪਣੇ ਕਿਸ਼ਤ ਜਿਆਦਾ ਨਹੀਂ ਦੇ ਸਕਦੇ ਹੁਣ ਉਹ ਜਦੋਂ ਵੀ ਕਿਸ਼ਤ ਦਿੰਦੇ ਨੇ ਆਪਣੇ ਘਰ ਦੇ ਉਹਦੇ ਵਿੱਚ ਨੈਗੇਟਿਵ ਅਮੋਰਟਾਈਜੇਸ਼ਨ ਹੋ ਗਿਆ ਉਹ ਜਿਹੜਾ ਘਰ 25 ਸਾਲ ਚ ਪਿਆਫ ਹੋਣਾ ਸੀ ਉਹ ਹੁਣ 47 ਸਾਲਾਂ ਚ ਪਿਆਫ ਹੋਏਗਾ ਹੁਣ ਉਹ ਕਹਿੰਦਾ ਜੀ ਦੇਖੋ ਬੜੇ ਦੇਖਣ ਨੂੰ ਤਾਂ ਬੜਾ ਪੜਿਆ ਲਿਖਿਆ ਲੱਗਦਾ ਮੇਰੀ ਨੌਕਰੀ ਬੜੀ ਵਧੀਆ ਹੈਗੀ ਹੈ ਤੁਸੀਂ ਦੇਖ ਕੇ ਮੇਰਾ ਕਸਿਆਣਾ ਬੰਦਾ ਕੋਈ ਨਹੀਂ ਮੈਂ ਕਰ ਲਿਆ ਕਿ ਫਲਿੱਪੀ ਕਰ ਲਿਆ ਪਰ ਮੇਰਾ ਅਸਲੀ ਹਾਲ ਦੇਖੋ ਕੀ ਹਾਲ ਆ ਇਹ ਸਚਾਈ ਹੈ ਜਦੋਂ ਇਨਵੈਸਟਮੈਂਟ ਕਰਨੀ ਹੈ ਇਨਵੈਸਟਮੈਂਟ ਵਾਸਤੇ ਤੁਹਾਡੇ ਬਹੁਤ ਸਾਰੇ মুਵਿੰਗ ਪਾਰਟਸ ਆ ਗਏ ਪਰ ਆ ਵਾਸਤੇ ਤੁਹਾਡੇ ਕੋਲ ਐਕਸਪਰਟ ਹੋਣੇ ਤੁਹਾਡੇ ਕੋਲ ਪ੍ਰੋਪਰ ਬੇਸਿਕ অর ਫੰਡਮੈਂਟਲ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਰੇ ਸੇ ਕਿਹਵੀ ਚੀਜ਼ ਦੇਖਦੇ ਨੇ ਜਿਹੜੇ ਲੋਕ ਬਿਜ਼ਨਸ ਬਿਜ਼ਨਸ ਵਾਲੀਆਂ ਫੈਮਿਲੀ ਚ ਨੇ ਜਿਨ੍ਹਾਂ ਦੇ ਪਹਿਲਾਂ ਵੀ ਘਰ ਚ ਉਹ ਬਿਜ਼ਨਸ ਘਰ ਵਾਲੇ ਉਹਨਾਂ ਦੇ ਪੇਰੈਂਟਸ ਕਰਦੇ ਹੋਣ ਉਹ ਲੋਕ ਇਹੋ ਜਿਹੀਆਂ ਗਲਤੀਆਂ ਘੱਟ ਕਰਦੇ ਨੇ। ਕਿਉਂਕਿ ਘਰ ਦੇ ਚ ਮਾਹੌਲ ਹੁੰਦਾ ਉਸ ਕਿਸਮ ਦਾ। ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਇੱਕ ਪੜ੍ਹੇ ਲਿਖੇ ਬੰਦੇ ਇੱਕ ਪੜ੍ਹ ਲਿਖਿਆ ਬੰਦਾ ਉਹਨੋਂ ਸੇ ਕਹਿੰਨੇ ਆ ਜਿਹਦੇ ਜਿਹਦੇ ਕੋਲ ਪ੍ਰੋਪਰ ਰਿਸੋਰਸਸ ਹੈਗੇ ਆ ਕੀ ਤੁਹਾਡੇ ਸਲਾਹ ਕਰ ਕਿਦਾਂ ਦੇ ਹੈਗੇ ਤੁਸੀਂ ਮੈਨੂੰ ਆਪਣੇ ਪੰਜ ਦੋਸਤ ਦੱਸ ਦਿਓ ਮੈਂ ਤੁਹਾਨੂੰ ਦੱਸ ਦਿਆਂਗੇ ਕਿ ਤੁਹਾਡੇ ਤੁਹਾਡੇ ਫਾਈਨੈਂਸ਼ੀਅਲ ਹਾਲਾਤ ਕਿਦਾਂ ਦੇ ਹੈਗੇ ਵੈਸੇ ਜੀ ਇਹਦਾ ਇੱਕ ਰੈਂਡਮ ਸਰਵੇ ਕਰੀਏ ਜ਼ਿਆਦਾਤਰ ਲੋਕ ਜਿਹੜੇ ਕਰੰਟ ਕ੍ਰਾਈਸਿਸ ਚ ਵੀ ਉਹ ਫਸੇ ਨੇ ਉਹ ਜਿਹੜੇ ਬੇਸਿਕਲੀ ਨਵੇਂ ਇਨਵੈਸਟਰ ਬਣਿਆ ਨਹੀਂ ਕੁਝ ਪੁਰਾਣੇ ਵੀ ਫਸੇ ਹੋਏ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਾਂ ਪੰਜਾਬੀ ਵਿੱਚ ਕਹਾਵਤ ਹੈ ਕਿ ਦੁਬਾਰਾ ਦੁਬਾਰਾ ਕਰੀ ਜਾਣਾ ਫਿਰ ਉਹੀ ਗਲਤ ਮਿਸਟੇਕ ਕਰੀ ਜਾਣੇ ਹੁਣ ਜਿਹੜੀ ਸਾਨੂੰ ਪਤਾ ਹੈ ਕਿ ਇਹ ਗੱਲਾਂ 1989 ਵਿੱਚ ਵੀ ਹੋਈਆਂ ਸਨ 89 ਦੇ ਵਿੱਚ ਮਾਰਕੀਟ ਬੂਮ ਬਸਟ ਹੋਇਆ ਤੇ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ ਇੱਕ ਬੜਾ ਕੈਨੇਡਾ ਦਾ ਦੂਜੇ ਨੰਬਰ ਤੇ ਅਮੀਰ ਆਦਮੀ ਉਹਦਾ ਨਾਮ ਸੀ ਟੈਲ ਰੌਜਰਸ ਉਹ 2008 ਵਿੱਚ ਪੂਰਾ ਹੋ ਗਿਆ ਤੇ ਉਹਨੇ ਜਿੰਨੇ ਵੀ ਪ੍ਰਾਪਰਟੀ ਲਈਆਂ ਉਹਨੇ ਸਾਰੀਆਂ 99% ਡਿਸਕਾਊਂਟ ਤੇ ਲਈਆਂ ਉਹਨੇ ਇੱਕ ਬੜੀ ਵੱਡੀ ਬਿਲਡਿੰਗ ਲਈ ਦੋ ਬਿਲਡਿੰਗਾਂ ਲਈਆਂ ਯੰਗ ਐਂਡ ਬਲੂ ਡਾਊਨਟਾਊਨ ਟਰਾਟੋ ਦੇ ਵਿੱਚ ਉਹ ਬਿਲਡਿੰਗ ਕਿਹੜੀ ਸੀ ਕਨਫੈਡਰੇਸ਼ਨ ਲਾਈਫ ਦੀ ਦੇਖੋ ਡਾਊਨਟਾਊਨ ਟਰਾਟੋ ਦੇ ਵਿੱਚ ਦੋ ਆਫਿਸ ਟਾਵਰ ਕਨਫੈਡਰੇਸ਼ਨ ਲਾਈਫ ਦੇ ਵਿੱਚ 1890 ਤੋਂ ਬਾਅਦ ਉਹਨੇ ਦੋ ਟਾਵਰ ਸਿਰਫ 1 ਮਿਲੀਅਨ ਡਾਲਰ ਲਈ ਹੁਣ ਦੱਸੋ ਸਿਆਣਾ ਇਨਵੈਸਟਰ ਐਸ ਵੇਲੇ ਥਿਸ ਇਜ਼ ਦਾ ਬੈਸਟ ਟਾਈਮ ਟੂ ਇਨਵੈਸਟ ਕੁਕ ਐਸ ਵੇਲੇ ਬਹੁਤ ਸਾਰੇ ਪ੍ਰਾਪਰਟੀ ਆ ਰਹੀਆਂ ਮੈਂ ਪਿੱਛੇ 4 ਹਫ਼ਤੇ ਪਹਿਲਾਂ ਮੈਂ ਡਾਊਨਟਾਊਨ ਟਰਾਟੋ ਵਿੱਚ ਆਕਸ਼ਨ ਤੇ ਗਿਆ ਉੱਤੇ ਸੱਤ ਪ੍ਰਾਪਰਟੀਆਂ ਸਨ ਉਹਨਾਂ ਦੇ ਉਸ ਦਿਨ ਨਿਲਾਮੀ ਦੇ ਬੋਲੀ ਦੇ ਵਾਸਤੇ ਇੱਕ ਬੰਦਾ ਵੀ ਆਨੇ ਸੀ ਕੈਨਸਲ ਕਰਨਾ ਪਿਆ ਹੁਣ ਇਹ ਨਿਲਾਮੀ ਹੁਣ ਹੋ ਰਹੀਆਂ ਕਿ ਤੁਸੀਂ ਪ੍ਰਾਪਰਟੀ ਨਾਲ ਅੰਮ੍ਰਿਤ ਚ ਲੈ ਸਕਦੇ ਹੋ ਹਾਂਜੀ ਲੈ ਸਕਦੇ ਹੋ ਕਿ ਉਹ ਤੁਹਾਨੂੰ ਬਹੁਤ ਸਸਤੀ ਮਿਲੇਗੀ ਹਾਂਜੀ ਬਿਲਕੁਲ ਸਸਤੀ ਮਿਲੇਗੀ ਕਿ ਉਹ ਐਮਐਲਐਸ ਨਾਲ ਸਸਤੀ ਮਿਲੇਗੀ ਜਿਹਨਾਂ ਨੇ ਹੁਣ ਹੱਥ ਸਾੜੇ ਹੋਏ ਨੇ ਹੁਣ ਉਹ ਇੰਨੀ ਇੱਕ ਗੱਲ ਵੀ ਨਹੀਂ ਸੁਣਨ ਨੂੰ ਤਿਆਰ ਹੁੰਦੇ ਇਸ ਗੱਲ ਨੂੰ ਲੈ ਕੇ ਵੀ ਉਹਨਾਂ ਨੂੰ ਉਹ ਆਫੈਂਡਡ ਫੀਲ ਕਰਦੇ ਕਿ ਜੇ ਇਹ ਇਹ ਮਤਲਬ ਤੁਸੀਂ ਸਾਨੂੰ ਕੀ ਦੱਸ ਰਹੇ ਹੋ ਦੇਖੋ ਕਿਉਂ ਕਿ ਕਿਉਂਕਿ ਗਲਤੀਆਂ ਜਦੋਂ ਤੁਸੀਂ ਕਰਦੇ ਹੋ ਜੀ ਤੇ ਫਿਰ ਉਹ ਗਲਤੀਆਂ ਇਸ ਕਿਸਮ ਦੀ 네ਗੇਟਿਵਿਟੀ ਵੀ ਪੈਦਾ ਕਰਦੀਆਂ ਜੀ ਕਰ ਇਸ ਤਰ੍ਹਾਂ ਕਿ ਜਦੋਂ ਹੁੰਦਾ ਹੈ ਮਾਰਕੀਟ ਦੇ ਵਿੱਚ 19 ਜਿਹੜੇ ਮਾਸਸ ਹੁੰਦੇ ਨਾ ਉਹ ਹਮੇਸ਼ਾ ਹੀ ਕਹਿੰਦੇ ਗਲਤੀ ਚ ਜਾ ਰਹੇ ਹੁੰਦੇ 19% ਜੇ ਤੁਸੀਂ ਸ਼ਰੂਡ ਪ੍ਰੋਫੈਸ਼ਨਲ ਇਨਵੈਸਟਰ ਹੈਗੇ ਦਿਸ ਇਜ਼ ਅ ਟਾਈਮ ਦਿਸ ਡਿਫਰੈਂਟ ਟਾਈਮ ਹਰ ਬੰਦਾ ਜੋ ਇਨਵੈਸਟਰ ਬਣਨਾ ਆ ਵਾਲਾ ਵੀ ਇਨਵੈਸਟਰ ਉਹ ਟੋਟਲੀ ਡਿਫਰੈਂਟ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਇਸੇ ਪ੍ਰਾਪਰ ਐਜੂਕੇਸ਼ਨ ਅਟੈਂਡ ਕਰ ਲਵੋ ਇਸ ਜੀ ਨੂੰ ਸਮਝੋ ਜੇ ਵੀ ਕੋਈ ਇਨਫੋਰਮੇਸ਼ਨ ਕੋ ਵੀ ਆਉਂਦੇ ਰਹੀਆ ਉਸ ਨੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਵੈਰੀਫਾਈ ਕਰ ਲਵੋ ਨਵਦਾਜੀ ਕਾ ਮੈਸੇਜ ਹੈ ਵਿਕਾਸ ਹਰਾਂ ਦਾ ਕਿ ਅਸਲ ਵਿੱਚ ਬੱਚਿਆਂ ਨੂੰ ਸਾਨੂੰ ਰੀਅਲ ਸਟੇਟ ਟਰੱਕਿੰਗ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਕੂਲਾਂ ਚ ਟ੍ਰੇਨਿੰਗ ਦੇਣੀ ਚਾਹੀਦੀ ਕਿਉਂਕਿ ਹਰ ਕਿਸ ਨੇ ਐਸਟਰੋਨੌਟ ਤੇ ਬਣਨਾ ਨਹੀਂ ਹੁੰਦਾ ਇਹ ਰੀਅਲ ਚੀਜ਼ਾਂ ਨੇ ਲਾਈਫ ਦੀਆਂ ਇਹਨਾਂ ਦੀ ਪੜ੍ਹਾਈ ਕਿਤੇ ਹੁੰਦੀ ਨਹੀਂ ਤੇ ਇਸੇ ਕਰਕੇ ਇਹ ਜਿਹੜੇ ਪ੍ਰੋਫੈਸ਼ਨ ਨੇ ਜਿਨ੍ਹਾਂ ਚ ਸਾਡੀ ਕਮਿਊਨਿਟੀ ਚ ਜ਼ਿਆਦਾ ਲੋਕ ਜਾ ਰਹੇ ਨੇ ਔਰ ਉਹ ਫਿਰ ਬਿਨਾ ਨੌਲੇਜ ਦੇ ਜੋ ਗਲਤੀਆਂ ਕਰਦੇ ਨੇ ਉਹਦੇ ਨਤੀਜੇ ਆਪਾਂ ਟਰਕਿੰਗ 'ਚ ਵੀ ਦੇਖ ਰਹੇ ਆਂ ਰੀਅਲ ਸਟੇਟ 'ਚ ਵੀ ਦੇਖ ਰਹੇ ਆਂ ਤੇ ਫਾਈਨੈਂਸ਼ੀਅਲ ਪਲੈਨਿੰਗ ਤਾਂ ਅਸੀਂ ਦੇਖ ਹੀ ਰਹੇ ਆਂ ਜੀ ਦੇਖੋ ਮੈਨੂੰ ਬੜਾ ਫਕਰ ਹੁੰਦਾ ਕਿ ਇੱਕ ਪੰਜਾਬੀ ਕਮਿਊਨਿਟੀ ਖਦਾਂ ਦੇ ਬੜੀ ਮਿਹਨਤੀ ਕਮਿਊਨਿਟੀ ਹੈ ਇਹ ਕਮਿਊਨਿਟੀ ਦੇ ਵਿੱਚ ਖੂਨ ਪਸੀਨਾ ਇੱਕ ਕਰ ਦਿੰਦੇ ਔਰ ਸਭ ਤੋਂ ਜ਼ਿਆਦਾ ਅਸੀਂ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਸਕਸੈਸਫੁਲੀ ਸਮਝਦੇ ਆਂ ਕੰਪੇਅਰ ਟੂ ਬਾਕੀ ਕਮਿਊਨਿਟੀਆਂ ਨਾਲੋਂ ਸ਼ਾਇਦ ਇਹ ਗੱਲ ਦੇ ਵਿੱਚ ਵੀ ਕੁਝ ਸੱਚਾਈ ਹੈਗੀ ਹੈ ਪਰ ਦੂਜੀ ਗੱਲ ਹੈ ਕਿ ਸਿਰਫ ਮੈਂ ਤਮਜੂਰੀ ਦੇ ਵਜਾਇਏ ਜੇ ਤੁਸੀਂ ਕੈਨੇਡਾ ਦੀ ਜਿਹੜੀ ਇਕਨੋਮੀ ਹੈ ਉਹ ਦੋ ਬੇਸਿਸ ਤੇ ਚਲਦੀ ਹੈ ਇੱਕ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਨੂੰਸੀ ਆਪਣੇ ਬੱਚਿਆਂ ਨੂੰ ਕੋਡਿੰਗ ਜਰੂਰ ਖਾਣੀ ਚਾਹੀਦੀ ਹੈ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਨੈਚਰ ਰਿਸੋਰਸਸ ਹੈਗੇ ਇਹਨਾਂ ਬਾਰੇ ਚੱਲਦਾ ਹੈ ਹੁਣ ਜਿਹੜੇ ਅਸੀਂ ਜਿਹੜੇ ਅਸੀਂ ਇੱਕ ਲੌਜਿਸਟਿਕ ਦੀ ਹੱਬ ਨੂੰ ਫੜਿਆ ਹੋਇਆ ਹੈ ਠੀਕ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚਾਹਨੇ ਆ ਕਿ ਉਹ ਬੱਚੇ ਦੀ ਲਾਈਫ ਥੋੜੀ ਜੀ ਬੈਲੈਂਸ ਹੋਵੇ ਉਹ ਵਿਹਾਰੋ ਸ਼ਾਮ ਨੂੰ ਘਰ ਆਜਣ 9 ਤੋਂ 5 ਕੰਮ ਕਰਨ ਉਹਨਾਂ ਦੀ ਲਾਈਫ ਅੱਛੀ ਸਾਡੇ ਨੂੰ ਖੁਸ਼ਹਾਲ ਹੋਵੇ ਦੋਨਾਂ ਵਾਸਤੇ ਰੈਗਰ ਨਿਸ਼ਟੀ ਲਾਵਾ ਉਹਨਾਂ ਨੂੰ ਜ ਬਚਪਨ ਦੇ ਵਿੱਚ ਵੀ ਇਨਵੈਸਟਮੈਂਟ ਬਾਰੇ ਸਮਝਾਇਆ ਜਾਵੇ ਕਿ ਦੇਖ ਬੱਚੇ ਤੈਨੂੰ ਮੈਂ 20 ਦੇ ਰਿਹਾ ਤੂੰ ਇਹਨਾਂ ਵਿੱਚ ਐਨ ਪੈਸ਼ਨ ਇਨਵੈਸਟ ਕਰ ਕੀ ਤੁਸੀਂ ਛੋਟੇ ਬੱਚੇ ਨੂੰ ਕਰ ਲੈ ਕੇ ਦੇ ਸਕਦੇ ਹੋ ਹਾਂਜੀ ਲੈ ਕੇ ਦੇ ਸਕਦੇ ਹੋ ਕਿ ਜ਼ਰੂਰੀ ਹੈ ਕਿ ਤੁਸੀਂ ਇੱਕ ਆਪਣੇ ਬੱਚੇ ਨੂੰ ਕਰ ਲੈ ਦਿੱਤਾ ਜਦੋਂ ਉਹਦੀ 18 ਸਾਲ ਹੋ ਗਈ ਉਹਦਾ ਕਾਰ ਵੀ ਪੀਐਫ ਹੈ ਉਹਦੀ ਯੂਨੀਵਰਸਿਟੀ ਦੀ ਫੀਸ ਵੀ ਪੇਡ ਆਫ ਹੋਈ ਹੋਈ ਹੈ ਇਸ ਨੂੰ ਅਸੀਂ ਅਚੀਨ ਵਸ਼ਮਤ ਸਮਝਦੇ ਹਾਂ ਹੁਣ ਮੇਰੀ ਕਲਾਸ ਦੇ ਵਿੱਚ ਇੱਕ ਵਾਰੀ 13 ਸਾਲ ਦਾ ਬੱਚਾ ਆਇਆ ਹਮਮ ਔਰ ਉਹ ਬੱਚੇ ਦੇ ਜਿਹੜਾ ਪਛੋਕਰ ਸੀ ਉਹ ਬੜਾ ਦਰਦਨਾਕ ਸੀ ਉਹ 50 60 ਵਾਰੀ ਜੀਰ ਵਿੱਚ ਜਾ ਚੁੱਕਾ ਸੀ ਉਹ ਕਹਿੰਦਾ ਜੀ ਕਿ ਮੈਨੂੰ ਪਤਾ ਨਹੀਂ ਮੇਰਾ ਪਿਤਾ ਕਿਹੋ ਨਾਲ ਮੈਂ ਬਾਸਟਰਡ ਹੈਗਾ ਮੈਨੂੰ ਪਤਾ ਨਹੀਂ ਮੇਰੇ ਬਾਪ ਮੇਰੇ ਬਾਪ ਕੌਣ ਸੀ ਔਰ ਮੈਂ ਹਮੇਸ਼ਾ ਵੈਲਫੇਅਰ ਤੇ ਰਹਾ ਫੂਡ ਬੈਂਕ ਤੋਂ ਅੱਧਾ ਕਦੇ ਨਾ ਕਪੜਾ ਨਹੀਂ ਪਾਇਆ ਔਰ ਮੈਂ ਆਉਟ ਆ ਵੇਚੇ ਕਿਸੇ ਜਗ੍ਹਾ ਤੇ ਬੋਲਣ ਗਿਆ ਸੀ ਤੇ ਉਹ ਉੱਥੇ ਉਹਦੀ ਮਾਂ ਤੇ ਉਹ ਬੇਟਾ ਉਹ ਆਏ ਹੋਏ ਸਨ ਉਹ ਕਹਿੰਦਾ ਜੀ ਮੈਂ ਤਾਂ ਤੇਰਾ ਜਿਹੜੀ ਟ੍ਰੇਨਿੰਗ ਹੈ ਮੈਂ ਤੇਰਾ ਜ਼ਰੂਰ ਲੈਣੀ ਹੈ ਬਿਲਕੁਲ ਕੋਈ ਪੈਸਾ ਹੈ ਨਹੀਂ ਤੇ ਮੈਂ ਖੈ ਵੀ ਪੈਸੇ ਕਿਦਾਂ ਕਹਿੰਦਾ ਮੈਂ ਪੈਸੇ ਸੰਤਿਆਮ ਕਰ ਲਾਂਗਾ ਠੀਕ ਗੱਲ ਆ ਹੁਣ ਉਹ ਬੱਚੇ ਨੇ ਲਗਨ ਲੱਗ ਗਈ ਕਿ ਨਹੀਂ ਕਿ ਜਿਹੜੇ ਕੈਨੇਡਾ ਤੋਂ ਬਾਹਰ ਲੋਕੀ ਆਂਦੇ ਨਾ ਆ ਕੇ ਉਹ ਥੋੜੀ ਜਿਹੀ ਮਿਹਨਤ ਕਰਕੇ ਕਿੰਨੇ ਪੈਸੇ ਕਮਾ ਲੈਂਦੇ ਉਹਨਾਂ ਦੇ ਲਾਈਫ ਸਟਾਈਲ ਬੜਾ ਵਧੀਆ ਹੈਗਾ ਕਿ ਮੈਂ ਕਿਉਂ ਨਹੀਂ ਕਰ ਸਕਦਾ ਉਸ ਬੱਚੇ ਨੇ ਆਪਣੇ ਮਾਂ ਨੂੰ ਕਹਿ ਕੇ ਨਹੀਂ ਮੈਂ ਇਹ ਬੰਦੇ ਦਾ ਕੋਰਸ ਸ਼ੁਰੂ ਕਰਨਾ ਉਹ ਨੂੰ ਪਤਾ ਨਹੀਂ ਕਿਹੜੀ ਗੱਲ ਚੰਗੇ ਲੱਗੀ ਉਹ ਮੇਰੀ ਕਲਾਸ ਵਿੱਚ ਆਇਆ ਤੇ ਮੈਨੂੰ ਕਹਿੰਦਾ ਕਿ ਮੈਂ ਐਨਾ ਸਿਆਣਾ ਨਹੀਂ ਹੈਗਾ ਪਰ ਮੌਦਿਕ ਬੜੀ ਵਧੀਆ ਗੱਲ ਦੇਖੀ ਉਹਨੇ ਨਾ ਪੰਜ ਸੱਤ ਕਲਰ ਦੇ ਡਿਫਰੈਂਟ ਪੈਨ ਲੈ ਕੇ ਆਂਦੇ ਸੀ ਜਦੋਂ ਵੀ ਮੈਂ ਕੋਈ ਗੱਲ ਕਰਦਾ ਸੀ ਉਹ ਲਿਖ ਲੈਂਦਾ ਸੀ ਦੂਸਰੇ ਦਿਨ ਇਹ ਮੈਨੂੰ ਕਹਿੰਦਾ ਜੀ ਇੱਕ ਮੈਂ ਤਾਂ ਬਿਆਲ ਜਾਰ ਬਣਾ ਲਿਆ ਮੈਂ ਕਿਹਾ ਜੀ ਬਹੁਤ ਅੱਛੀ ਗੱਲਾ ਹੁਣ ਤੁਸੀਂ ਬਣਾ ਲਿਆ ਪ੍ਰੂਫ ਇਸ ਇਨ ਅਪੋਡਿੰਗ ਸ਼ੋ ਮੀ ਦ ਡੀਲ ਤੇ ਸਾਰੇ ਮੈਨੂੰ ਅੰਕਲ ਕਹਿੰਦੇ ਜਾਂ ਅੰਕਲ ਨਵਤਾਜ ਕਹਿੰਦੇ ਨੇ ਕਨਨਫਟਾਟ ਉਸ ਨੂੰ ਐਗਿਆ ਸੀ ਇਹ ਬੰਦੇ ਨੇ ਘਰ ਵਿੱਚ ਨਾ ਸੀ ਮੈਂ ਇਸ ਨੂੰ ਐ ਤਰ੍ਹਾਂ ਫਾਰਮ ਪੈਸ ਕੇ ਭੇਜਿਆ ਇਹਨੇ ਸਾਈਨ ਕਰ ਦਿੱਤੇ ਇਹ ਮੇਰੇ ਖਲ ਬਾਹਰ ਹੈਗਾ ਤੇ ਮੇਰਾ 42000 ਬਣ ਗਿਆ ਹੂੰ ਸਿੰਪਲ ਜੀ ਗੱਲ ਹੈ ਉਹਨੇ ਇੱਕ ਪ੍ਰਾਪਰਟੀ ਲੈ ਕੇ ਫਲਿੱਪ ਕਰ ਦਿੱਤੀ ਵਰਚੁਅਲ ਫਲਿੱਪਿੰਗ ਕਹਿੰਦੇ ਇਸ ਨੂੰ ਉਹ ਸਾਰੇ ਬੰਦੇ ਘਰ ਆ ਲੋਗੇ ਕਿ ਇਹ 13 ਸਾਲ ਦਾ ਬੱਚਾ ਹੈ ਜਿਹਨੂੰ ਸੀਟ ਸਾਹਮਣੇ ਡਰ ਕੇ ਗੱਲ ਨਹੀਂ ਕਰਦੇ ਕਿ ਹਰ ਦੂਜੀ ਗੱਲ ਦੇ ਵਿੱਚ ਗੱਲ ਕੱਢਦਾ ਉਸ ਨੂੰ ਜ਼ਰੂਰਤ ਸੀ ਉਹ ਸਮਝ ਗਿਆ ਹੁਣ ਜਿਹੜੇ ਇਹ ਗੱਲ ਹੈਗੇ ਇਹ ਜਿਹੜੇ ਵਿਦਿਆ ਬੱਚੇ ਬੜੇ ਜਲਦੀ ਪਿਕਅਪ ਕਰ ਲੈਂਦੇ ਹੁਣ ਮੈਂ ਕੀ ਦੇਖ ਰਿਹਾ ਕਿ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਸਾਡੇ ਕਮਿਊਨਿਟੀ ਦੇ ਵਿੱਚ ਜਿਹੜੇ ਇਨਸਾਨ ਪੁਰਾਣੇ ਲੋਕ ਇੱਥੇ ਆਏ ਉਹ ਕਹਿੰਦੇ ਨੇ ਮੈਂ ਤਾਂ ਗਲਤੀ ਕੀਤੀ ਆ ਹੁਣ ਮੇਰੀ ਕਲਾਸ ਦੇ ਵਿੱਚ ਪਿਓ ਤੇ ਮਾਂ ਤੇ ਹਸਬੰਡ ਵਾਈਫ ਔਰ ਗ੍ਰੈਂਡਫਾਦਰ ਆਪਣੇ ਗ੍ਰੈਂਡਸਨ ਨੂੰ ਨਾਲ ਆ ਕੇ ਆ ਰਹੇ ਕਿ ਨਹੀਂ ਵੇ ਮੈਂ ਤਾਂ ਗਲਤੀਆਂ ਕਰ ਲਿਆ ਮੈਂ ਅਨਫਰਡ ਇਨਵੈਸਟਰ ਸੀ ਹੁਣ ਤੋਂ ਠੀਕ ਇਨਵੈਸਟਰ ਬਣ ਜਾ ਗੁਗ ਇਨਵੈਸਟਮੈਂਟ ਤਾਂ ਕਰਨੀ ਹੈਗੀ ਹੈ ਕੈਨੇਡਾ ਦੇ ਵਿੱਚ ਹਰ ਇਨਸਾਨ ਇਨਵੈਸਟਰ ਹੈਗਾ ਕੋਕਰ ਟਲ ਕੋ ਆਰਐਸਪੀ ਹੈ টিਐਫਐਸ ਹੈਗੇ ਇਹ ਤੁਸੀਂ ਆਪਣੀ ਆਰਈਐਸਪੀ ਅਗੇ ਇਨਵੈਸਟਮੈਂਟ ਤੁਸੀਂ ਕਰ ਰਹੇ ਹੋ ਜੇ ਤੁਹਾਡਾ ਐਡਵਾਈਜ਼ਰ ਬਹੁਤ ਅੱਛਾ ਹੈਗਾ ਤੇ ਤੁਹਾਡੀ ਇਨਵੈਸਟਮੈਂਟ ਬਹੁਤ ਚੀਜ਼ ਜਾ ਰਹੀ ਹੈ ਮੈਂ ਇੱਕ ਹਮੇਸ਼ਾ ਹੀ ਰਿਕਵੈਸਟ ਕਰਦਾ ਹੈ ਕਿ ਜਦੋਂ ਕੋਈ ਚੀਜ਼ ਤੁਸੀਂ ਕਰਦੇ ਹੋ ਉਸ ਦੀ ਪੂਛ ਪਰਤ ਪ੍ਰੋਪਰ ਕਰ ਲੋ ਡਿਲੀਜੈਂਸ ਪ੍ਰੋਪਰ ਕਰ ਲੋ ਬਹੁਤ سارے ਸਿੰਪਲ ਟੂਲ ਹੈ ਮੈਂ ਲਾਸਟ ਟਾਈਮ ਇੱਕ ਮੈਂ ਗਲਤੀ ਕੀਤੀ ਸੀ ਤੇ ਮੇਰੇ ਬਹੁਤ ਸਾਰੇ ਪੈਣਾ ਲੈਤੀਆਂ ਨੇ ਮਾਮਾ ਨੇ ਇਸ ਗੱਲ ਨੂੰ ਸਾਹਮਣੇ ਆਸਰਾਇਆ ਸੀ ਕਿ ਅੰਕਲ 10 ਦਿਨ ਤੋਂ ਇਸ ਗੱਲ ਕੀਤੀ ਸੀ ਕਿ ਜਿਹੜੇ ਇਸ ਕੇਰੀਏ ਚ ਕਰ ਲੈਣਾ ਚਾਹੀਦਾ ਜਿਹਦੇ ਬਾਰੇਪਰ ਸਪੌਟ ਕਰਾਈਮ ਬਾਰੇ ਗੱਲ ਕੀਤੀ ਸੀ ਉਹ ਹਲੇ ਤੱਕ ਵੀ ਲੋਕੀ ਫੋਨ ਕਰ ਰਹੇ ਨੇ ਕਿ ਨਹੀਂ ਅਸੀਂ ਆਪਣੀ ਗਲਤ ਏਰੀਏ ਚ ਫਸ ਗਏ ਹਾਂ ਹੁਣ ਦੱਸੋ ਅਸੀਂ ਇਸ ਏਰੀਏ ਚ ਕਿਉਂ ਨਿਕਲੇ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਏਰੀਏ ਚ ਵਡਾ ਨਹੀਂ ਕਰਨਾ ਚਾਹੁੰਦੇ ਇੱਕ ਛੋਟੀ ਜੀ ਗੱਲ ਹੈ ਡਿਊ ਡਿਲੀਜੈਂਸ ਬਾਰੇ ਇਹ ਗੱਲਾਂ ਮੌਜੂਦ ਰਹੀ ਜਦੋਂ ਤੁਸੀਂ ਇਨਵੈਸਟਮੈਂਟ ਵੀ ਕਰ ਰਹੇ ਹੋ ਇਹ ਗੱਲਾਂ ਤੁਹਾਨੂੰ ਇਹ ਤੁਹਾਡੇ ਇਨਵੈਸਟਮੈਂਟ ਵਾਸਤੇ ਤੁਹਾਡੇ ਫਿਚਰ ਵਾਸਤੇ ਬਹੁਤ ਜ਼ਰੂਰੀ ਹੈਗੇ ਨਤਾਜੀ ਮੈਨੂੰ ਕੜੀ ਯਾਦ ਕਰਵਾ ਰਹੀ ਕਿ ਅਪਨ ਹੁਣ ਗੱਲ ਖਤਮ ਕਰਨੀ ਪੈਣੀ ਹੈ ਸੋ ਬਿਹਤਰ ਇਹ ਹੋਈਗਾ ਕਿ ਜਿਹੜੇ ਮੈਸੇਜਸ ਆਏ ਹੋਏ ਨੇ ਤੁਸੀਂ ਲਿੰਕ ਸ਼ੇਅਰ ਕਰਨ ਦਾ ਇੱਕ ਵਾਦਾ ਕੀਤਾ ਸੀ ਜੀ ਤੁਸੀਂ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਤੁਹਾਨੂੰ ਈਮੇਲ ਕਰਨ ਜਾਂ ਨਹੀਂ ਇਹ ਸਭ ਨੂੰ ਰਿਕੁਐਸਟ ਹੈ ਕਿ ਤੁਸੀਂ ਮੈਨੂੰ ਜੇ ਵਟਸਐਪ ਤੇ ਕਰ ਸਕਦੇ ਹੋ ਬਹੁਤ achi ਨੀਤਾ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ 416 409 7300 416 4097300 ਮੇਰਾ ਇੱਕ ਸੈਮੀਨਾਰ ਦੋ ਸੈਮੀਨਾਰ ਆ ਰਹੇ ਨੇ ਇੱਕ ਆਨਲਾਈਨ ਹੋਏਗਾ ਇੱਕ ਇਨ ਪਰਸਨ ਹੋਏਗਾ ਇਹ ਸੈਮੀਨਾਰ 26 ਤਰੀਕ ਨੂੰ ਤੇ 28 29 ਤਰੀਕ ਨੂੰ ਹੋ ਰਿਹਾ ਹੈ ਮਿਸਾਗਾ ਦਾ ਮਿਸਾਗਾ ਵਿੱਚ ਹੋਣਗੇ ਔਰ ਮੈਂ ਰਿਕੁਐਸਟ ਕਰਾਂਗਾ ਕਿ ਇਹ ਜਿਹੜੀ ਵੀ ਐਜੂਕੇਸ਼ਨ ਹੈ ਇਹ ਬਹੁਤ ਸਸਤੀ ਪੈਂਦੀ ਹੈ ਗਲਤੀਆਂ ਬਹੁਤ ਜ਼ਿਆਦਾ ਮੰਗੇ ਪੈਂਦੇ ਹਨ ਰੀਐਸਟਰੇਸ਼ਨ ਵਾਸਤੇ ਮੈਂ ਨੰਬਰੀ ਕਹਿੰਦਾ ਦਸਤਿਓ 416 4097300 ਅੰਗਰੇਜ਼ੀ ਦੇ ਵਿੱਚ 416 4097300. Oh, Thank you. Thank you.